ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਜਿਸ ਮਿਲੀਐ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਜਿਸ ਮਿਲੀਐ ਮਨ ਹੋਏ ਆਨੰਦ 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 ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਗੁਰੂ ਤੇ ਜਾਣਿਆ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਮਹਾਨ ਸਾਜੀ ਨਵਾਜੀ ਵਡਭਾਗੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀਆਂ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ ਆਪਣੇ ਮਹਾਨ ਚਰਨਾਂ ਦੀਆਂ ਹਾਜ਼ਰੀਆਂ ਬਖਸ਼ੀਆਂ ਹਨ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਜੁੜ ਕੇ ਗੁਰਬਾਣੀ ਦਾ ਗੂੜ੍ਹ ਗਿਆਨ ਨਾਮ ਪਦਾਰਥ ਆਪਣੀ ਝੋਲੀ ਪਵਾਉਣ ਲਈ ਗੁਰੂ ਚਰਨਾਂ 'ਚ ਬੈਠੇ ਹੋ ਲਵਾਓ ਰਸਨਾ ਪਵਿੱਤਰ ਕਰੋ ਮਹਾਰਾਜ ਨੂੰ ਨਮਸਕਾਰਾਂ ਕਰੀਏ ਸ਼ੁਕਰਾਨੇ ਕਰੀਏ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੇ ਸਮਾਂ ਬਖਸ਼ਿਆ ਪ੍ਰੇਮ ਸਹਿਤ ਗੁਰੂ ਮਹਾਰਾਜ ਨੂੰ ਨਮਨ ਕਰੋ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੱਜ ਦਾ ਜੋ ਪਾਵਨ ਸ਼ਬਦ ਹੈ ਅੰਗ 208 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾ ਰਹੇ ਹਨ ਕੀ ਕਹਿ ਰਹੇ ਹਨ ਲੋ ਸੁਣੋ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਪਾਰ ਬ੍ਰਹਮ ਦਾ ਰੂਪ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ ਹਨ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਦੱਸਿਆ ਉਹ ਦੁਨੀਆਂ ਦੇ ਲੋਕੋ ਆਪਾਂ ਸੰਸਾਰੀ ਵਸਤੂਆਂ ਨੂੰ ਕੀਮਤੀ ਸਮਝਦੇ ਹਾਂ ਜਿਸ ਵਸਤੂ ਵਿੱਚ ਇਨਸਾਨ ਦੀ ਰੁਚੀ ਹੁੰਦੀ ਹੈ ਸੰਸਾਰੀ ਵਸਤੂਆਂ ਨੂੰ ਉਹ ਉਨੀ ਕੁ ਕੀਮਤ ਨਾਲ ਦੇਖਦਾ ਕੋਈ ਧਨ ਦੌਲਤ ਨੂੰ ਕੀਮਤੀ ਸਮਝਦਾ
ਕੋਈ ਹੀਰੇ ਮੋਤੀਆਂ ਨੂੰ ਕੀਮਤੀ ਸਮਝਦਾ, ਸਤਸੰਗਤ ਕੋਈ ਰੂਪ ਨੂੰ ਕੀਮਤੀ ਜਾਣਦਾ ਹੈ, ਕੋਈ ਆਪਣੀ ਸੂਝ ਬੂਝ ਨੂੰ ਹੀ ਕੀਮਤੀ ਦੱਸਦਾ, ਮੈਂ ਚੰਗੀ ਅਕਲ ਵਾਲਾ, ਕੋਈ ਸਰੀਰ ਦੇ ਜ਼ੋਰ ਨੂੰ ਕੀਮਤੀ ਬਿਆਨ ਕਰਦੇ। ਸੱਚਾਈ ਇਹ ਹੈ ਕਿ ਦੁਨੀਆਂ ਦੇ ਤਮਾਮ ਮਹਿੰਗੇ ਪਦਾਰਥ, ਤਮਾਮ ਸੋਹਣੇ ਪਦਾਰਥ, ਤਮਾਮ ਦੁਰਲਭ ਪਦਾਰਥ, ਨਾ ਮਿਲਣ ਵਾਲੇ ਪਦਾਰਥ, ਇਹਨਾਂ ਸਾਰੇ ਪਦਾਰਥਾਂ ਤੋਂ ਜੇ ਕੀਮਤੀ ਹੈ ਉਹ ਹੈ ਵਾਹਿਗੁਰੂ ਜੀ ਦਾ ਨਾਮ। ਕਿੱਡੀ ਸੋਹਣੀ ਗੱਲ ਆਖੀ ਕਿ ਭਾਈ ਤੁਸੀਂ ਦੁਨੀਆਂ 'ਚ ਕਿਸੇ ਵੀ ਚੀਜ਼ ਦਾ ਨਿਰਣਾ ਕਰਕੇ ਦੇਖ ਲਓ, ਜਦੋਂ ਤੁਸੀਂ ਕੋਈ ਵਸਤੂ ਨੂੰ ਇੱਕ ਵਾਰ ਖਰੀਦ ਲੈਂਦੇ ਹੋ ਉਹਦੀ ਕੀਮਤ ਘੱਟ ਜਾਂਦੀ ਹੈ, ਘੱਟਦੀ ਰਹਿੰਦੀ ਹੈ। ਨਾਮ ਇੱਦਾਂ ਦਾ ਹੈ, ਇੱਕ ਵਾਰ ਤੁਸੀਂ ਖਰੀਦਿਆ ਇਹਦੀ ਕੀਮਤ ਵੱਧਦੀ ਹੈ, ਆਖੋ ਸਤਨਾਮ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਮੈਂ ਇਹ ਗੱਲ ਆਖਦਾ ਕਿ ਇਹ ਨਾਮ ਕੀਮਤੀ ਹੈ, ਤੁਸੀਂ ਇਹਨੂੰ ਸੁਣੋ ਅਤੇ ਇਹਨੂੰ ਜਪਿਆ ਕਰੋ। ਪਹਿਲੀ ਪੰਕਤੀ 'ਚ ਮਹਾਰਾਜ ਨੇ ਇਹੀ ਸਮਝਾਇਆ ਕਿ ਅਨੂਪ ਪਦਾਰਥ ਨਾਮ ਸੁਣੋ ਸਗਲ ਤੇ ਆਏ ਮੀਤਾ। ਜਿਹੜਾ ਨਾਮ ਹੈ ਇਹ ਸਭ ਤੋਂ ਕੀਮਤੀ ਹੈ, ਸਾਰੇ ਇਹਨੂੰ ਸੁਣੋ ਤੇ ਸਾਰੇ ਇਹਦਾ ਸਿਮਰਨ ਕਰੋ। ਹੇ ਮੇਰੇ ਮਿੱਤਰੋ, ਇਹੀ ਨਾਲ ਨਿਭਣ ਵਾਲਾ ਹੈ। ਹੇ ਮੇਰੇ ਸੰਗੀ ਜਨੋ, ਪਰਮੇਸ਼ਵਰ ਦਾ ਨਾਮ ਹੀ ਨਾਲ ਨਿਭਣਾ। ਇਸ ਕਰਕੇ ਹੇ ਮੇਰੇ ਮਿੱਤਰ, ਹੇ ਮੇਰੇ ਦੋਸਤ, ਹੇ ਮੇਰੇ ਸਖਾ, ਹੇ ਮੇਰੇ ਸੈਨ, ਜਿੰਨਾ ਹੋ ਸਕਦਾ ਉਨਾ ਜਪਿਆ ਕਰੋ। ਬੜੇ ਪਿਆਰ ਨਾਲ ਇੱਕ ਪ੍ਰਮਾਣ ਵਿੱਚ ਦੱਸਦੇ ਹਨ ਕਿ ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਜੀ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਨਾਮ ਤੁਸੀਂ ਤਾਂ ਸੁਸਤੀ ਉਹ ਬਹੁਤ ਪਾਈ ਹੋਈ ਆ, ਨਾਮ ਇਕੱਠਾ ਕਰਨਾ ਇਹ ਤਾਂ ਬੋਲਦੇ ਹੀ ਨਹੀਂ, ਬੈਟਰੀਆਂ ਫਿਊਜ਼ ਨਹੀਂ ਹੋਈਆਂ ਹੁੰਦੀਆਂ, ਸੈੱਲ ਜੇ ਮੁੱਕੇ ਹੁੰਦੇ ਅਤੇ ਇੱਦਾਂ ਬੈਠੇ, ਪਕੌੜਿਆਂ ਦਾ ਲੰਗਰ ਚੱਲਦਾ, ਛਕ ਛਕਾ ਕੇ ਬੈਠੇ ਆ, ਅਤੇ ਆਵਾਜ਼ ਵੀ ਨਿਕਲਣੀ ਚਾਹੀਦੀ। ਪਕੌੜਿਆਂ ਦਾ ਮੁੱਲ ਤਾਂ ਮੋੜਨਾ ਚਾਹੀਦਾ, ਜ਼ਿਆਦਾ ਨਹੀਂ ਤੇ, ਅਤੇ ਆਓ ਸਾਰੇ ਗੱਜ ਵੱਜ ਕੇ, ਇਤਿਹਾਸ ਰਸ ਸੀ ਅਤੇ ਨਾਮ ਦਾ ਵਣਜ ਕਰੀਏ ਇਕੱਠੇ ਹੋ। ਦੇਖੋ ਪਰਮੇਸ਼ਰ ਨੂੰ ਹਾਜ਼ਰ ਕਰਨ ਲਈ ਤੁਹਾਡੀ ਸੁਰਤ ਹਾਜ਼ਰ ਚਾਹੀਦੀ, ਗੁਰੂ ਪੀਰ ਉੱਥੇ ਹਾਜ਼ਰ ਹੋ ਜਾਂਦੇ ਜਿੱਥੇ ਤੁਹਾਡੀ ਸੁਰਤ ਹਾਜ਼ਰ ਹੈ। ਜੇ ਤੁਸੀਂ ਸੁਰਤ ਦੇਖੋ, ਮਨ ਦਾ ਤਾਂ ਸੁਭਾਅ ਹੀ ਹੈ, ਮਨ ਬੇਈਮਾਨ ਆਪਣਾ, ਇਹਨੇ ਬਾਹਰ ਭੱਜਣਾ, ਅਸੀਂ ਇਹਨੂੰ ਰੋਕਣਾ, ਇਹੀ ਬਸ ਕਮਾਈ ਹੈ। ਬਾਹਰ ਜਾਂਦਾ ਵਰਜ ਰਹਾਇਆ, ਜਿਹੜਾ ਬਾਹਰ ਭੱਜਿਆ ਤੋੜਿਆ ਫਿਰਦਾ ਮਨ, ਇਹਨੂੰ ਸਰੀਰ 'ਚ ਰੋਕਣਾ,
ਧਾਵਤ ਇਹਨੂੰ ਠਾਕ ਲੈਣਾ, ਰੋਕ ਲੈਣਾ ਅੰਦਰੇ। ਇਸ ਕਰਕੇ ਆਓ ਆਪਣੇ ਮਨ ਦੀ ਲਗਾਮ ਖਿੱਚੀਏ ਥੋੜੀ ਜੀ। ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਨਾਮ। ਮੇਰੇ ਸਾਜਨ ਸੈਨਾ ਨਾਮ ਜਪੋ, ਮੇਰੇ ਸਾਜਨ ਸੈਨਾ ਨਾਮ ਜਪੋ, ਮੇਰੇ ਸਾਜਨ ਹੇ ਮੇਰੇ ਮਨ ਮਿੱਤਰ ਨਾਮ ਦੀ ਗੁਹਾਰ ਲਾ। ਦੁਨੀਆਂ 'ਚ ਹੈ ਹੀ ਸਰਬ ਸ੍ਰੇਸ਼ਟ ਨਾਮ ਹੈ। ਗੁਰਦੇਵ ਬਾਣੀ ਦਾਦੇ ਕਹਿੰਦੇ ਸਾਈਂ ਨਾਮ ਮੋਲ ਕੀ ਮਨਾ ਕੋਈ ਜਾਣ ਦੋ। ਜੋ ਸਾਈਂ ਦਾ ਨਾਮ ਹੈ ਬਹੁ ਅਮੋਲ ਹੈ। ਕਿੰਨਾ ਕੁ ਅਮੋਲ ਹੈ? ਲੋਕੀ ਕਹਿੰਦੇ ਹਨ ਮਾਂ ਬਾਪ ਬਹੁਤ ਕੀਮਤੀ ਹਨ, ਮਾਂ ਬਾਪ ਨਾਲੋਂ ਵੀ ਕੀਮਤੀ ਨਾਮ। ਆਖੋ ਸਤਨਾਮ। ਸਾਈ ਮਹਿੰਜਾ ਇੱਠੜਾ ਅਮ ਅੱਬੇ ਥਾਵੋਂ ਮਿੱਠੜਾ। ਮਾਂ ਬਾਪ ਨਾਲੋਂ ਵੀ। ਤੇ ਇਸ ਕਰਕੇ ਇਹ ਨਾਮ, ਇਹ ਵਸਤ ਤਜੀ ਨਹੀਂ ਜਾਈ, ਛੱਡੀ ਨਹੀਂ ਜਾ ਸਕਦੀ। ਨਿਤ ਨਿਤ ਰੱਖੋ ਔਰ ਧਾਰੋ, ਇਹਨੂੰ ਸੰਭਾਲੋ ਅੰਦਰ। ਗੁਰਦੇਵ ਕਹਿੰਦੇ ਸੁਣੋ ਤੇ ਧਿਆਓ, ਹੇ ਮਿੱਤਰੋ ਜੇ ਪਾਰ ਹੋਣਾ ਹੈ। ਇਹ ਅਨੂਪ ਵਸਤੂ ਹੈ, ਇਹ ਅਨੂਪ ਵਸਤੂ ਗੁਰੂ ਨੂੰ ਮਿਲਿਆ ਹੀ ਪ੍ਰਾਪਤ ਹੁੰਦੀ ਹੈ। ਅੱਗੇ ਵਚਨ ਆਉਂਦਾ ਹੈ, ਹਰ ਔਖਦ ਜਾ ਕੋ ਗੁਰ ਦੀਆ। ਹਰੀ ਨਾਮ ਦਾ ਮੰਤਰ ਔਖਦ ਜਿਸਨੂੰ ਗੁਰੂ ਨੇ ਦੇ ਦਿੱਤਾ ਹੈ, ਤਾਂ ਕਿ ਨਿਰਮਲ ਚੀਤਾ, ਉਸ ਦਾ ਚਿੱਤ ਨਿਰਮਲ ਹੋ ਜਾਂਦਾ ਜਿਸਦੇ ਹਿਰਦੇ ਨਾਮ ਆ ਗਿਆ। ਨਾਮ ਦਾ ਇੱਕ ਸੁਭਾਅ ਹੈ, ਜਿਵੇਂ ਸਾਬਣ ਮੈਲ ਕੱਟਦਾ ਹੈ ਕੱਪੜੇ ਦੀ, ਤਿਉਂ ਨਾਮ ਮੈਲ ਕੱਟਦਾ ਸਾਡੇ ਮਨ ਦੀ। ਮਿਟੇ ਕਮਾਣੇ ਪਾਪ ਚਿਰਾਣੇ, ਬੇਅੰਤ ਚਿਰਾਂ ਦੇ ਜਿਹੜੇ ਪਾਪ ਹੈ ਉਹ ਸੰਗਤ ਵਿੱਚ ਆ ਕੇ ਮੁੱਕ ਜਾਂਦੇ, ਕਿਉਂਕਿ ਸੰਗਤ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦੀ ਚਰਚਾ ਹੁੰਦੀ ਹੈ। ਜਿਵੇਂ ਜਿਵੇਂ ਨਾਮ ਭਜਨ ਕਰਦੇ ਹਾਂ ਸਾਡਾ ਮਨ ਬਲਵਾਨ ਹੁੰਦਾ ਹੈ ਔਰ ਸਾਡਾ ਮਨ ਮੈਲ ਰਹਿਤ ਹੋ ਜਾਂਦਾ। ਲੱਗੀਆਂ ਜਨਮਾਂ ਜਨਮਾਂ ਦੀਆਂ ਮੈਲਾਂ ਲੱਥ ਜਾਂਦੀਆਂ ਹਨ ਔਰ ਇਹ ਮਨ ਧੋਇਆ ਹੀ ਨਾਮ ਨਾ ਜਾਣਾ ਹੈ। ਇਹ ਧੋਇਆ ਹੀ ਨਾਮ ਨਾ ਜਾਣਾ, ਸ਼ਬਦ ਤੋਂ ਬਿਨਾਂ ਮਨ ਨਹੀਂ ਧੋਇਆ ਜਾਣਾ। ਕਰਮ ਕਾਂਡ ਨਾਲ ਮਨ ਧੋਤਾ ਨਹੀਂ ਜਾ ਸਕਦਾ। ਹੋਰ ਧਰਮਾਂ 'ਚ ਆਪ ਜੀ ਦੇਖੋਗੇ ਕਈ ਤਰ੍ਹਾਂ ਦੇ ਕਰਮ ਕਾਂਡ ਹਨ, ਕਈ ਤਰ੍ਹਾਂ ਦੇ ਦਾਨ ਪੁੰਨ ਹਨ, ਕਈ ਤਰ੍ਹਾਂ ਦੀਆਂ ਵਿਚਾਰ ਤੇ ਵਿਦਿਆਵਾਂ ਹਨ, ਪਰ ਸਰਵ ਸ੍ਰੇਸ਼ਟ ਵਿਦਿਆ, ਸਰਵ ਸ੍ਰੇਸ਼ਟ ਪੁੰਨ ਕਰਮ, ਕਿਰਿਆ ਕਰਮ, ਉਹ ਪਰਮਾਤਮਾ ਦਾ ਨਾਮ ਹੈ। ਇਹਨੂੰ ਸਿਰ ਕਰਮਨ ਦੇ ਕਰਮ ਕਿਹਾ ਹੈ ਨਾਮ। ਇਸ ਕਰਕੇ ਇਹ ਜਿਹੜਾ ਨਾਮ ਹੈ ਗੁਰੂ ਤੋਂ ਲੈ ਕੇ, ਪੰਜਾਂ ਪਿਆਰਿਆਂ ਤੋਂ ਲੈ ਕੇ ਜਪਣਾ, ਔਰ ਜਦ ਤੁਸੀਂ ਜਪੋਗੇ ਤੇ ਮਨ ਦੀਆਂ ਮੈਲਾਂ ਲੱਥਦੀਆਂ ਜਾਣੀਆਂ, ਮਨ ਸਾਫ਼ ਹੋ ਜਾਣਾ। ਜਿਵੇਂ ਜਿਵੇਂ ਭਜਨ ਕਰਦੇ ਜਾਓਗੇ, ਮਾਲਕ ਦੀ ਅਰਾਧਨਾ ਕਰਦੇ ਜਾਓਗੇ, ਤਦੋਂ ਮਨ ਸਾਫ਼ ਹੁੰਦਾ ਜਾਣਾ। ਇਸ ਕਰਕੇ ਭਾਈ ਆਓ ਇੱਕ ਵਾਰ ਸਾਰੇ ਜਪੋ, ਇੱਕ ਓਂਕਾਰ ਸਤਿਨਾਮ
ਸ਼੍ਰੀ ਵਾਹਿਗੁਰੂ ਕੋ ਇਕੁੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਇਕੁੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਇਕੁੰ ਇਹਦਾ ਮਨ ਦੀ ਮੈਲ ਹੌਲੀ ਹੌਲੀ ਲਹਿੰਦੀ ਜਾਂਦੀ ਹੈ। ਅੱਗੇ ਵਚਨ ਆਉਂਦਾ ਹੈ ਜੀ ਭਾਈ ਮਨ ਸਾਫ ਹੋ ਜਾਂਦਾ। ਕਿਵੇਂ ਸਾਫ ਹੋ ਜਾਂਦਾ ਕਿ ਸੇਮ ਉਦਾਂ ਜਿਵੇਂ ਹਨੇਰਾ ਕਮਰਾ ਹੋਵੇ ਤੇ ਹਨੇਰੇ ਕਮਰੇ 'ਚ ਕੋਈ ਦੀਪਕ ਬਾਲ ਦੇ ਤੇ ਹਨੇਰਾ ਖਤਮ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਹਨੇਰੇ ਕਮਰੇ ਵਿੱਚ ਘੁੱਪ ਹਨੇਰਾ ਹੋਵੇ ਛੋਟਾ ਜਿਹਾ ਕੋਈ ਦੀਪਕ ਬਾਲ ਦੇ ਹਨੇਰੇ ਨੂੰ ਭੱਜਣ ਲੱਗਿਆਂ ਦੇਰ ਨਹੀਂ ਲੱਗਦੀ। ਕੋਈ ਨਾਮ ਰਿਦੇ ਤੋਂ ਜਪਣਾ ਸ਼ੁਰੂ ਕਰ ਦੇ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ, ਨਾਮ ਦੀ ਇੱਕ ਕਣੀ ਕਰੋੜਾਂ ਪਾਪਾਂ ਨੂੰ ਖਤਮ ਕਰ ਦੇ। ਨਾਨਕ ਮਹਾਰਾਜ ਦੱਸਦੇ ਨਾ ਕਿ ਜਿਹੜੀ ਅਗਨ ਹੈ ਉਹ ਭਸਮੰ ਕ੍ਰੋਧ ਕਿੰਨੇ ਹੀ ਲੱਕੜ ਕਾਸ਼ਤ ਨੂੰ ਭਸਮ ਕਰ ਦਿੰਦੀ ਹੈ। ਇੱਦਾਂ ਹੀ ਨਾਮ ਹੈ। ਫਿਰ ਤੁਸੀਂ ਦੂਜੀ ਗੱਲ ਸੁਣੋ, ਹਨੇਰਾ ਜਿੰਨਾ ਮਰਜ਼ੀ ਪੁਰਾਣਾ ਹੋਵੇ, 10 ਸਾਲ, 20 ਸਾਲ, 2 ਸਾਲ, 4 ਸਾਲ, ਜਿੰਨਾ ਮਰਜ਼ੀ ਪੁਰਾਣਾ ਹਨੇਰਾ ਹੋਵੇ ਤੇ ਤੁਸੀਂ ਦੇਖੋ ਪੁਰਾਣੇ ਤੇ ਪੁਰਾਣਾ ਹਨੇਰਾ ਸਕਿੰਟਾਂ ਵਿੱਚ ਬਲੇ ਹੋਏ ਦੀਪਕ ਦੇ ਨਾਲ ਖਤਮ ਹੋ ਜਾਂਦਾ। ਇਹ ਨਹੀਂ ਵੀ ਹਨੇਰਾ ਹੌਲੀ ਹੌਲੀ ਖਤਮ ਹੋਏਗਾ। ਜਿਵੇਂ ਤੁਸੀਂ ਸਵਿੱਚ ਔਨ ਕੀਤਾ ਲਾਈਟ ਦਾ, ਹਨੇਰਾ ਚਲਿਆ ਗਿਆ। ਜਿੰਨਾ ਮਰਜ਼ੀ ਕਾਲਕ ਹੋਵੇ, ਜਿੰਨਾ ਮਰਜ਼ੀ ਮੈਲ ਭਰੀ ਹੋਏ, ਜੇ ਕਿਤੇ ਸਹੀ ਤਰੀਕੇ ਦੇ ਨਾਲ ਦੀਪਕ ਜਗ ਜੇ ਨਾ, ਸਹੀ ਤਰੀਕੇ ਦੇ ਨਾਲ ਚੰਗਿਆੜੀ ਲੱਗ ਜੇ ਤੇ ਫਿਰ ਇਹ ਹਨੇਰਾ ਪਾਪਾਂ ਦਾ ਦੂਰ ਹੋਣ ਲੱਗਿਆ ਦੇਰ ਨਹੀਂ ਲੱਗਣੀ। ਇਸ ਕਰਕੇ ਸੰਗਤ ਵਿੱਚ ਬਹਿ ਕੇ ਆਪਾਂ ਜੁਗਤੀ ਸਿੱਖਣੀ ਵੀ ਦੀਵਾ ਕਿਵੇਂ ਬਾਲਣਾ, ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ, ਇਹ ਸਿਰਫ ਜੁਗਤੀ ਸਿੱਖਣ ਲਈ ਆ ਵੀ ਜਪਣਾ ਕਿਵੇਂ ਹੈ, ਸਿਮਰਨਾ ਕਿਵੇਂ ਹੈ, ਕਿਉਂਕਿ ਸਿਮਰਨਾ ਹੀ ਔਖਾ ਜੀ। ਸਾਰੇ ਕੰਮਾਂ ਨਾਲੋਂ ਔਖਾ ਕੰਮ ਨਾਮ ਭਜਨ ਜਾਪ ਕਰਨਾ। ਸਾਰੇ ਦੁਨੀਆਂ ਦੇ ਕੰਮ ਸੌਖੇ ਹਨ, ਨਾਮ ਜਪਣਾ ਬੜਾ ਔਖਾ। ਇਸ ਕਰਕੇ ਮਹਾਰਾਜ ਦੱਸਦੇ ਕਿ ਆਖਣ ਔਖਾ ਸਾਚਾ ਨਾਉਂ, ਬੜਾ ਔਖਾ ਹੈ ਭਜਨ ਕਰਨਾ ਅੰਕਾਲ ਪੁਰਖ ਦਾ, ਨਿਰੰਕਾਰ ਦਾ ਭਜਨ ਬੜਾ ਔਖਾ ਹੈ। ਇਸ ਕਰਕੇ ਇਹੀ ਜੁਗਤੀ ਤਾਂ ਸਿੱਖਣੀ ਹੈ। ਮਹਾਰਾਜ ਕਹਿੰਦੇ ਕੀ ਸਿਮਰੀ ਸਿਮਰਿਆ ਨਹੀਂ ਜਾਏ, ਮੈਂ ਕਿਵੇਂ ਜਪਾਂ ਜਪੀਏ ਹੀ ਨਹੀਂ ਜਾਂਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜੇ ਕਿਤੇ ਆਪ ਜਪਾ ਲਵੇ ਫਿਰ ਕਿਤੇ ਜਾਪ ਹੁੰਦਾ। ਦੇਖੋ ਮਨ ਮੈਲ ਨਾ ਭਰਿਆ,
ਤੋਤਾ ਨਾਮ ਨਾ ਜਾਣਾ ਪਰ ਸਿਮਰਿਆ ਹੀ ਨਹੀਂ ਜਾਂਦਾ। ਮਨ ਮੈਲਾ ਸੱਚ ਨਿਰਮਲਾ, ਕਹਿੰਦੇ ਮਨ ਮੈਲ ਨਾ ਭਰਿਆ, ਵਾਹਿਗੁਰੂ ਨਿਰਲੇਪ ਹੈ ਮਾਇਆ ਤੋਂ। ਕਿਉਂ ਕਰ ਮਿਲਿਆ ਜਾਏ, ਕਿਵੇਂ ਮੇਲ ਹੋਵੇ ਵਾਹਿਗੁਰੂ ਨਾਲ। ਅਸੀਂ ਮੈਲ ਨਾ ਭਰੇ ਹੈ, ਉਹ ਪਵਿੱਤਰ ਸਰੂਪ ਵਾਲਾ ਹੈ, ਸਾਫ਼ ਸੁਥਰਾ ਹੈ, ਅਸੀਂ ਮੈਲੇ ਕੁਚੈਲੇ ਹਾਂ, ਕਿਵੇਂ ਮੇਲ ਹੋ ਸਕਦਾ ਹੈ। ਆਪ ਮਿਲਾਏ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ। ਜੇ ਕਿਤੇ ਆਪ ਮਿਲਾਉਣ ਤੇ ਆ ਜੇ, ਜੇ ਕਿਤੇ ਆਪ ਕਿਰਪਾ ਕਰਦੇ, ਜੇ ਕਿਤੇ ਆਪ ਬਖਸ਼ਿਸ਼ ਕਰ ਦੇਵੇ, ਜੇ ਆਪ ਨਾਮ ਦੀ ਕਣੀ ਝੋਲੀ ਵਿੱਚ ਪਾ ਦੇਵੇ ਸੰਗਤ ਜੀ, ਤਾਂ ਹੀ ਮੇਲ ਹੋ ਸਕਦਾ, ਤਾਂ ਮੈਲਾਂ ਘੱਟ ਹੁੰਦੀਆਂ। ਨਹੀਂ ਤਾਂ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿਣ ਨੂੰ ਤਾਂ ਫਿਰ ਸਾਰੀ ਰਾਮ ਰਾਮ ਗੁਰੂ 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 ਕਰਦੇ, ਕਹਿਣ ਨੂੰ ਸਾਰੀ ਕਰ ਰਹੇ ਆ, ਪਰ ਭਾਉਂਦਾ ਜਿਹਨਾਂ ਨੂੰ, ਜਿਹਨਾਂ ਨੂੰ ਸਹੀ ਮਹੀਨਿਆਂ ਵਿੱਚ ਕਹਿਣਾ ਆ ਗਿਆ, ਜਿਹਨਾਂ ਨੂੰ ਅਸਲ ਤਰੀਕੇ ਨਾਲ ਜਪਣਾ ਆ ਗਿਆ, ਜਿਹਨਾਂ ਦਾ ਜਪਿਆ ਗੁਰੂ ਜੀ ਨੂੰ ਚੰਗਾ ਲੱਗ ਗਿਆ, ਮਨ ਪਵਿੱਤਰ ਹੋ ਗਏ, ਉਹਨਾਂ ਦੇ ਮਨ ਸਾਫ਼ ਹੋ ਗਏ। ਇਸ ਕਰਕੇ ਜੇ ਕੋਈ ਮਤਾ ਇਹ ਸਮਝੇ ਵੀ ਮੈਂ ਜਵਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਲੈਂਦਾ ਹਾਂ, ਵੀ ਮੈਂ ਨਾਮ ਜਪਦਾ, ਨਹੀਂ ਭਾਈ, ਕਹਿਆ ਰਾਮ ਨਾ ਹੋਏ, ਕਹਿਆ ਰਾਮ ਨਾ ਹੋਏ, ਕਹਿਆ ਰਾਮ ਨਾ ਹੋ ਜੀ, ਕਹਿਆ ਰਾਮ ਨਾ, ਕਹਿਆ ਰਾਮ ਨਾ ਹੋਏ, ਕਹਿਆ ਰਾਮ ਨਾ ਹੋਏ, ਰਾਮ ਨਾ, ਰਾਮ ਦਾ ਰੂਪ ਨਹੀਂ ਹੋ ਸਕਦੇ ਜੀ ਏਦਾਂ। ਫੇ ਹੋਣ ਲਈ ਕੀ ਕਰਨਾ ਹੈ? ਕਹਿੰਦੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ। ਜੁਗਤੀ ਦੱਸੀ ਕਿੱਦਾਂ ਜਪਣਾ, ਮਨ ਵੀ ਜਪੇ, ਬਚਨ ਦੇ ਜਪਿਓ, ਜੇ ਬਚਨਾ ਕਰਕੇ ਸਿਮਰਦੇ ਹੋ ਤੁਹਾਡਾ ਮਨ ਵੀ ਜਪੇ, ਤੁਹਾਡਾ ਮਨ ਜਪਣ ਲੱਗ ਗਿਆ ਤੁਹਾਡੇ ਕਰਮਾਂ 'ਚ ਵੀ ਨਾਮ ਹੋ। ਇਹ ਨਹੀਂ ਵੀ ਨਿਤਨੇਮ ਵੀ ਕਰਦੇ ਆ, ਠੱਗੀਆਂ ਵੀ ਮਾਰਦੇ, ਦੁਕਾਨ 'ਤੇ ਬਹਿ ਕੇ ਪਾਠ ਵੀ ਕਰਨਾ, ਨਕਲੀ ਸਮਾਨ ਵੀ ਵੇਚਣਾ, ਬੇਈਮਾਨੀ ਵੀ ਕਰਨੀ, ਫਿਰ ਨਹੀਂ ਨਾਮ ਫਲਦਾ। ਨਾਮ ਉਦੋਂ ਫਲਦਾ ਜਦੋਂ ਤੁਹਾਡੇ ਕਰਮਾਂ 'ਚ ਨਾਮ ਸੱਚ, ਕਿਰਤ ਵਿੱਚ ਸੱਚ ਆ ਗਿਆ, ਪ੍ਰਤੇਕ ਕਰਮ 'ਚ ਨਾਮ, ਅੱਖਾਂ ਸੱਚ ਦੇਖਣ, ਕੰਨ ਸੱਚ ਸੁਣਨ, ਜੀਵ ਸੱਚ ਬੋਲੇ, ਹੱਥ ਸੱਚ ਕਰਨ, ਕਦਮ ਤੁਹਾਡੇ ਸੱਚ ਦੇ ਮਾਰਗ 'ਤੇ ਚੱਲਣ, ਫਿਰ ਹੁੰਦਾ ਨਾਮ ਦਾ ਜਾਪ। ਆਪਾਂ ਅਰਦਾਸ ਵਿੱਚ ਪੜ੍ਹਦੇ ਨਾ, ਪ੍ਰਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਤਿੰਨ ਵਾਰੀ ਹੈ। ਇਹ ਤਿੰਨ ਵਾਰੀ ਵੀ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ। ਬਚਨਾ ਕਰਕੇ ਜਪਣ ਵਾਲੇ ਬਹੁਤ ਹਨ, ਆਖੋ ਸਤਨਾਮ ਬੜੇ ਹਨ ਜਿਹੜੇ ਬਚਨਾ ਕਰਕੇ ਜਪਦੇ ਹਨ। ਹਰੇਕ ਧਰਮ ਮਜ਼ਹਬ ਦਾ ਵਿਅਕਤੀ ਆਪਣੇ ਗੁਰੂ ਵੱਲੋਂ ਦਿੱਤਾ ਹੋਇਆ ਨਾਮ ਜਪੀ ਰਿਹਾ ਹੈ, ਪਰ ਬਹੁਤ ਘੱਟ ਹਨ ਜਿਹੜੇ ਮਨ ਕਰਕੇ ਜਪਦੇ ਹਨ।
ਬਚਨਾਂ ਕਰਕੇ ਜਪਣ ਵਾਲਿਆਂ ਦੀ ਗਿਣਤੀ ਬਹੁਤ ਹੈ, ਮਨ ਕਰਕੇ ਜਪਣ ਵਾਲਿਆਂ ਦੀ ਗਿਣਤੀ ਅੱਧੀ ਵੀ ਨਹੀਂ। ਤੇ ਜਿਨ੍ਹਾਂ ਦੇ ਕਰਮਾਂ ਵਿੱਚ ਨਾਮ ਆ ਜਾਂਦਾ ਭਾਈ ਕਨਈਆ ਜੀ ਵਰਗੇ, ਜਿਨ੍ਹਾਂ ਦੇ ਕਰਮਾਂ 'ਚ ਨਾਮ ਆ ਜਾਂਦਾ ਭਾਈ ਮਤੀ ਦਾਸ ਵਰਗੇ, ਆਰੇ ਨਾਲ ਚੀਰਿਆ ਹੋਇਆ ਸਰੀਰ, ਦੋ ਫਾੜ ਹੋਇਆ ਵਿੱਚੋਂ ਫਿਰ ਵੀ ਨਾਮ ਚੱਲ ਰਿਹਾ, ਇਹ ਕਰਮਾਂ ਵਿੱਚ ਨਾਮ ਹੈ। ਜਿਨ੍ਹਾਂ ਦੇ ਨਾਮ ਕਰਮਾਂ ਵਿੱਚ ਉਤਰ ਜਾਂਦਾ ਸੰਗਤ ਜੀ, ਉਹਨਾਂ ਦੀ ਗਿਣਤੀ ਤਾਂ ਕੋਟਨਵੇਂ ਨਾਨਕ ਕੋ ਨਾਰਾਇਣ ਜੇ ਚੀਤ, ਕਰੋੜਾਂ ਵਿੱਚ ਕੋਈ ਇੱਕ ਅੱਧਾ ਹੀ ਹੈ, ਹੈਨ ਵਿਰਲੇ ਨਾਹੀਂ ਕਣੇ, ਹੈਗੇ ਨੇ ਪਰ ਥੋੜੇ ਨੇ। ਇਸੇ ਕਰਕੇ ਕਹਿੰਦੇ ਹਨ ਕਿ ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ। ਕੋਈ ਨਾਮ ਜਪ ਰਿਹਾ ਦੁਨਿਆਵੀ ਪਦਾਰਥਾਂ ਲਈ, ਕੋਈ ਨਾਮ ਜਪ ਰਿਹਾ ਦੁਨਿਆਵੀ ਲੋੜਾਂ ਲਈ। ਬਹੁਤ ਘੱਟ ਹਨ ਜਿਹੜੇ ਪਰਮਾਤਮਾ ਨੂੰ ਮੰਗਦੇ ਹਨ, ਨਾਮ ਇਸ ਲਈ ਜਪਦੇ ਹਨ ਕਿ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ, ਇਹ ਜਨਮ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ। ਇਹ ਲੇਖੇ ਵਿੱਚ ਲਾਣਾ ਵਾਹਿਗੁਰੂ ਤੇਰੇ ਜਨਮੇ, ਤੇਰੇ ਹੀ ਲੇਖੇ ਹੈ, ਬਹੁਤ ਘੱਟ ਹੈ ਜਿਹੜੇ ਉਹਦੇ ਲੇਖੇ ਚ ਲਾ ਦਿੰਦੇ। ਤੇ ਇਸ ਕਰਕੇ ਆਓ ਉਹਦੇ ਲੇਖੇ ਲਾਈਏ, ਕਰਮਾਂ ਵਿੱਚ ਵੀ ਨਾਮ ਲਿਆਈਏ, ਬਚਨਾਂ ਵਿੱਚ ਜੇ ਨਾਮ ਵਾਹਿਗੁਰੂ ਨੇ ਕਿਰਪਾ ਕਰਤੀ ਹੈ, ਤੁਸੀਂ ਸਿਮਰ ਜਪਦੇ ਭਜਨ ਕਰਦੇ ਹੋ, ਤੁਹਾਡੇ ਮਨ ਵਿੱਚ ਕਰਮਾਂ ਵਿੱਚ ਵੀ ਨਾਮ ਆ ਜੇ। ਸਾਈਂ ਜੀ ਕਹਿੰਦੇ ਨਾਮ ਕਿੰਨਾ ਕੀਮਤੀ ਹੈ, ਅੰਧਕਾਰ ਮਿਟਿਓ ਤੇ ਤਨ ਤੇ, ਗੁਰ ਸ਼ਬਦ ਦੀਪਕ ਪ੍ਰਗਾਸਾ। ਉਹਨਾਂ ਦੇ ਜੀਵਨ ਚੋਂ ਹਨੇਰਾ ਮੁੱਕ ਜਾਂਦਾ ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ ਦਾ ਦੀਵਾ ਬਾਲ ਦਿੰਦਾ ਹੈ। ਭਰਮ ਕੀ ਜਾਲੀ ਤਾਂ ਕੀ ਕਾਟੀ, ਸਾਡੇ ਮਨ ਵਿੱਚ ਇੱਕ ਭਰਮ ਪਿਆ ਹੋਇਆ ਵੀ ਪਰਮੇਸ਼ਰ ਹੋਰ ਹੈ, ਅਸੀਂ ਹੋਰ ਹਾਂ। ਇਹ ਭਰਮ ਹੈ ਵੀ ਉਹ ਦੂਰ ਹੈ, ਸਾਨੂੰ ਨਹੀਂ ਦੇਖਦਾ। ਹੁਣ ਇਹ ਜਾਲੀ ਜਿਹੜੀ ਇਹ ਭਰਮ ਦਾ ਪੜਦਾ, ਇਹ ਭਰਮ ਦਾ ਪੜਦਾ, ਪਾਪਾਂ ਦਾ ਪੜਦਾ ਹੈ ਸਾਡੇ ਵਿਚਕਾਰ, ਸਾਨੂੰ ਦੂਰ ਲੱਗਦਾ ਹੈ। ਇਸੇ ਪੜਦੇ ਨੂੰ ਮਹਾਰਾਜ ਜੀ ਨੇ ਜਪਜੀ ਸਾਹਿਬ 'ਚ ਕਿਹਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਪਾਲ ਕਹਿੰਦੇ ਕੰਧ, ਭਰਮ ਦੀ ਕੰਧ, ਭਰਮ ਦਾ ਪੜਦਾ। ਰਵਿਦਾਸ ਜੀ ਆਪਣੀ ਬਾਣੀ 'ਚ ਦੱਸਦੇ, ਕਹਿੰਦੇ ਭੰਭੀਰੀ ਦਾ ਜਿੱਦਾਂ ਦਾ ਪੰਖ ਹੁੰਦਾ, ਆ ਭੰਭੀਰੀਆਂ ਆਪਾਂ ਉੱਡਦੀਆਂ ਦੇਖਦੇ ਆ, ਅੱਜ ਕੱਲ੍ਹ ਬਹੁਤ ਘੱਟ ਗਿਆ, ਸ਼ਹਿਰਾਂ 'ਚ ਤਾਂ ਦੇਖਣ ਨੂੰ ਘੱਟ ਹੀ ਮਿਲਦਾ। ਅਤੇ ਆਪਾਂ ਖੇਤ ਵੱਟ ਬੰਨੇ ਜਾਈਏ, ਉੱਥੇ ਤੱਕੀ ਦਾ ਭੰਭੀਰੀਆਂ ਨੂੰ ਕਿੰਨਾ ਬਰੀਕ ਪੜਦਾ ਹੁੰਦਾ ਹੁਣ, ਇੱਦਾਂ ਦਾ ਪਰਦਾ ਪਰਮੇਸ਼ਰ ਦੇ ਸਾਡੇ ਵਿਚਕਾਰ ਬਣਿਆ ਹੋਇਆ, ਭੰਭੀਰੀ ਦੇ ਪੰਖ ਵਰਗਾ। ਤੋ ਇਹ ਜਿਹੜਾ ਪਰਦਾ ਹਟੂਗਾ ਤੇ ਉਹਦੇ ਦਰਸ਼ਨ ਹੋਣੇ ਆ। ਹੁਣ ਇਹ ਭਰਮ ਦਾ ਪਰਦਾ ਕੌਣ ਕੱਟੇਗਾ, ਇੱਥੋਂ ਹੀ ਜਪਜੀ ਸਾਹਿਬ ਸ਼ੁਰੂ ਹੁੰਦਾ ਕਿ ਕਿਵ ਸਚਿਆਰਾ ਹੋਈਏ, ਕਿਵੇਂ ਪਵਿੱਤਰ ਹੋਈਏ ਪਰਮਾਤਮਾ ਨੂੰ ਮਿਲਣ ਲਈ, ਕਿਵ ਕੂੜਾ ਟੁੱਟੈ ਪਾਲ।
ਮਹਾਰਾਜ ਕਹਿੰਦੇ ਇਹ ਇੱਕੋ ਢੰਗ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਜਦੋਂ ਤੁਸੀਂ ਹੁਕਮ 'ਚ ਤੁਰਨ ਲੱਗ ਗਏ, ਗੁਰੂ ਦੀ ਗੱਲ ਮੰਨਣ ਲੱਗ ਗਏ, ਪਰਮੇਸ਼ਰ ਦੀ ਹੋਂਦ ਭਾਸਣ ਲੱਗ ਗਈ, ਇਹ ਭਰਮ ਦੀ ਜਾਲੀ ਕੱਟ ਹੋ ਜਾਣੀ। ਆ ਲਿਖਿਆ ਮਹਾਰਾਜ ਕਹਿੰਦੇ ਭਰਮ ਕੀ ਜਾਲੀ ਤਾਂ ਕੀ ਕਾਟੀ, ਉਹਨਾਂ ਦੀ ਇਹ ਭਰਮ ਵਾਲੀ ਜਾਲੀ ਕੱਟੀ ਜਾਂਦੀ ਹੈ। ਜਾ ਕੋ ਸਾਧ ਸੰਗਤ ਵਿਸ਼ਵਾਸਾ, ਜਿਹਨੂੰ ਸਾਧ ਸੰਗਤ ਵਿੱਚ ਵਿਸ਼ਵਾਸ ਆ ਗਿਆ। ਵਿਸ਼ਵਾਸ ਕਿਹਨੂੰ ਆਉਂਦਾ? ਜਿਹਦੇ ਜੀਵਨ 'ਚ ਚਮਤਕਾਰ ਹੋਣ ਲੱਗ ਜਾਂਦੇ, ਕੁਝ ਦਿਖਣ ਲੱਗ ਜਾਂਦਾ। ਨਹੀਂ ਮੇਰੇ ਵਰਗੇ ਕਈ ਜਨਮ ਏਦਾਂ ਹੀ ਬਹਿ ਕੇ ਚਲੇ ਜਾਂਦੇ। ਇੱਥੇ ਬੈਠ ਕੇ ਹਾਜ਼ਰ ਹੋ ਕੇ ਅਨੁਭਵ ਕਰਨਾ, ਸ਼ਕਤੀਆਂ ਵਰਤਦੀਆਂ, ਤੁਹਾਡੇ ਖਿਆਲ ਪੂਰੇ ਹੋਣੇ, ਤੁਹਾਡੀ ਇੱਛਾ ਪੂਰੀ ਹੋਣੀ, ਤੁਹਾਡੇ ਕਹੇ ਬੋਲ ਪੂਰੇ ਹੋਣ ਲੱਗ ਜਾਣੇ, ਤੁਸੀਂ ਜੋ ਸੋਚਿਆ ਹੋਣ ਲੱਗ ਜਾਣਾ। ਐਸੇ ਐਸੇ ਕੌਤਕ ਜਦੋਂ ਸੰਗਤ 'ਚ ਦੇਖਦੇ ਹਾਂ ਵੀ ਜੋ ਮੰਗ ਲੈ ਕੇ ਆਏ ਜਦੇ ਪੂਰੀ ਹੋ ਗਈ, ਫਿਰ ਵਿਸ਼ਵਾਸ ਆਉਣ ਲੱਗ ਜਾਂਦਾ। ਔਰ ਜਿਸ ਦੇ ਮਨ 'ਚ ਵਿਸ਼ਵਾਸ ਆ ਗਿਆ, ਸਤਿਗੁਰ ਦੱਸਦੇ ਕਹਿੰਦੇ ਤਤ ਗਿਆਨ ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਮਨ ਵਿੱਚ ਅਸਵ ਤੱਤਵ ਗਿਆਨ ਪ੍ਰਗਟ ਹੁੰਦਾ ਹੈ। ਵਿਸ਼ਵਾਸ ਤੋਂ ਬਿਨਾਂ ਨਹੀਂ, ਤੁਹਾਨੂੰ ਭਰੋਸਾ ਹੋ ਗਿਆ ਆਪਣੇ ਖਸਮ 'ਤੇ, ਭਰੋਸਾ ਹੋ ਗਿਆ ਕਲਗੀਆਂ ਵਾਲਾ ਹੀ ਹੈ ਬਸ, ਭਰੋਸਾ ਹੋ ਗਿਆ ਵੀ ਹੋਰ ਨਹੀਂ ਕੋਈ, ਅੱਬੇ ਤੱਬੇ ਦੀ ਚਾਕਰੀ ਸਾਰੀ ਛੱਡ ਦਿੱਤੀ, ਤੁਹਾਨੂੰ ਭਰੋਸਾ ਨਾਮ 'ਤੇ ਹੋ ਗਿਆ, ਵਿਸ਼ਵਾਸ ਹੋ ਗਿਆ, ਤਾਂ ਸਾਧ ਸੰਗਤ ਸਮਝ ਲਿਓ ਗਿਆਨ ਦੀ ਪ੍ਰਾਪਤੀ ਹੋ ਗਈ। ਜਿਹਨੂੰ ਭਰੋਸਾ ਹੀ ਨਹੀਂ ਹੋਇਆ ਗੁਰੂ 'ਤੇ, ਉਹਨੂੰ ਕੌਣ ਭੋ ਜਾਣਦਾ ਹੈ ਜੀ। ਦੁਨੀਆਂ ਮਿਹਣੇ ਤਾਨੇ ਮਾਰਦੀ, ਬੇਮੁਖ ਕਹਿੰਦੀ, ਮਨਮੁਖ ਕਹਿੰਦੀ, ਪਰ ਜਿਹਨਾਂ ਨੂੰ ਭਰੋਸਾ ਹੋ ਜਾਂਦਾ ਗੁਰਮੁਖ ਕਹਿ ਲਾਉਂਦੇ। ਇਸ ਕਰਕੇ ਇੱਥੇ ਬਚਨ ਕਰਦੇ ਪਾਤਸ਼ਾਹ ਕਿ ਭਰਮ ਕੀ ਜਾਲੀ ਤਾਂ ਕੀ ਕਾਟੀ, ਜਾ ਕੋ ਸਾਧ ਸੰਗਤ ਵਿਸ਼ਵਾਸਾ, ਜਿਹਨੂੰ ਸੰਗਤ 'ਚ ਵਿਸ਼ਵਾਸ ਹੋ ਗਿਆ। ਭਾਈ ਜੀ ਨੂੰ ਵਿਸ਼ਵਾਸ ਹੋ ਜਾਂਦਾ ਨਾ, ਉਹਦੇ 'ਤੇ ਬੜੀ ਕਿਰਪਾ ਹੁੰਦੀ। ਸੁਣੋ ਅੱਗੇ ਕੀ ਕਹਿੰਦੇ, ਤਾਰੀ ਲੇ ਭਵ ਜਲ ਤਾਰੂ ਬਿਖੜਾ, ਬੋਹਿਤ ਸਾਧੂ ਸੰਗਾ। ਭਵ ਸਾਗਰ ਜਿਹੜਾ ਨਹੀਂ ਤਰਿਆ ਜਾ ਸਕਦਾ, ਕਹਿੰਦੇ ਤਾਰੀ ਲੈ, ਪਰਮਾਤਮਾ ਉਹਨਾਂ ਨੂੰ ਤਾਰ ਲੈਂਦਾ ਹੈ। ਭਵ ਜਲ ਤਾਰੂ ਬਿਖੜਾ, ਜਿਹੜਾ ਔਖਾ ਨਾ ਤਰਿਆ ਜਾਣ ਵਾਲਾ ਸਮੁੰਦਰ ਹੈ, ਕਿਵੇਂ ਤਰਦਾ? ਬੋਹਿਤ ਸਾਧੂ ਸੰਗਾ, ਗੁਰੂ ਰੂਪ ਜਹਾਜ਼ ਮਿਲਾ ਦਿੰਦਾ ਤੇ ਤਾਰ ਦਿੰਦਾ ਹੈ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟੇ ਉਹ ਹਰ ਰੰਗਾ। ਜਦੋਂ ਪਰਮਾਤਮਾ ਨਾਲ ਮੇਲ ਹੋ ਗਿਆ, ਮਨ ਦੀ ਇੱਛਾ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ, ਮਨਸਾ ਪੂਰੀ ਹੋ ਗਈ ਅੰਦਰ ਦੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਗੁਰੂ ਨੇ ਹਰੀ ਰੰਗ ਰੰਗ ਵਿੱਚ ਰੰਗ ਦਿੱਤੇ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ। ਗੁਰੂ ਹਰੀ ਰੰਗ ਰੰਗ ਦਿੰਦਾ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਏ। ਨਾਮ ਦਾ ਖਜ਼ਾਨਾ, ਭਗਤੀ ਦਾ,
ਜਿਹਨੂੰ ਖਜ਼ਾਨਾ ਮਿਲ ਗਿਆ ਉਹ ਕਦੇ ਭੁੱਖਾ ਨਹੀਂ ਫਿਰ ਰਹਿੰਦਾ, ਰੱਜ ਜਾਂਦਾ। ਜਿਹੜਾ ਹੋਵੇ ਖਜ਼ਾਨੇ ਦਾ ਮਾਲਕ ਉਹ ਕਿਵੇਂ ਭੁੱਖਾ ਰਹਿ ਸਕਦਾ? ਉਹ ਭਾਈ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਜਾਂਦਾ ਉਹਨੂੰ ਦੁਨੀਆਂ ਦੀ ਹੋਰ ਕੋਈ ਭੁੱਖ ਨਹੀਂ ਰਹਿੰਦੀ, ਉਹ ਰੱਜ ਜਾਂਦੇ ਹਨ। ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਇੱਛਾ ਹੀ ਪੂਰੀਆਂ ਹੋ ਜਾਂਦੀਆਂ, ਮਨ ਭੁੱਖ ਨਹੀਂ ਰੱਖਦਾ। ਫਿਰ ਦੁਨੀਆਂ ਦੇ ਰੌਣਕ ਮੇਲੇ, ਦੁਨੀਆਂ ਦੇ ਸਵਾਦ ਭੋਗ ਰਸ ਮਾਇਆ ਲੋਭ ਲਾਲਚ, ਇਹਨਾਂ ਤੋਂ ਮਨ ਰੱਜ ਜਾਂਦਾ ਹੈ। ਭਾਵੇਂ ਪੱਲੇ ਕੋਲ ਕੁਝ ਵੀ ਨਾ ਹੋਵੇ ਤਾਂ ਵੀ ਕਰੋੜਾਂ ਵਾਲੇ ਦੇ ਪਿੱਛੇ ਨਹੀਂ ਜਾਂਦੇ, ਪਰਵਾਹ ਨਹੀਂ ਕਰਦੇ। ਐਸੇ ਰੰਗਲੇ ਸਾਧੂ ਹੁੰਦੇ ਹਨ। ਰਵਿਦਾਸ ਜੀ ਮਹਾਰਾਜ, ਬੜੀ ਗਰੀਬੀ ਸੀ ਘਰ ਵਿੱਚ, ਕਿਉਂਕਿ ਸਾਰਾ ਦਿਨ ਭਗਤੀ ਕਰਨੀ, ਥੋੜ੍ਹਾ ਸਮਾਂ ਮਿਲਣਾ ਜੁੱਤੀਆਂ ਗੰਢਣੀਆਂ, ਉਹ ਤੋਂ ਜਿਹੜੇ ਚਾਰ ਪੈਸੇ ਆਉਣੇ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਨਾ। ਉਹਨਾਂ ਇੱਕ ਵਾਰੀ ਰਾਜਾ ਪੀਪਾ ਜਿਹੜਾ ਸੀ ਨਾ ਮਿਲਣ ਵਾਸਤੇ ਆ ਗਿਆ ਭਗਤ ਰਵਿਦਾਸ ਜੀ ਮਹਾਰਾਜ ਨੂੰ। ਉਹ ਜਦ ਮਿਲਣ ਲਈ ਆਇਆ ਉਹਨੇ ਦੇਖਿਆ ਵੀ ਆਖਿਰਕਾਰ ਮੈਂ ਰਾਜਾ ਤੇ ਸਾਧੂ ਨੂੰ ਮੈਂ ਮਿਲਣ ਆਇਆ, ਇਹ ਬੜਾ ਗਰੀਬ ਆ, ਇਹਦੀ ਜਿਹੜੀ ਛੰਨ ਹੈ ਬੜੀ ਕਮਜ਼ੋਰ ਜੀ ਛੰਨ ਹੈ, ਕਦੇ ਵੀ ਹਵਾ ਨਾ ਉੱਡ ਸਕਦੀ ਹੈ, ਪੁਰਾਣੀ ਛੰਨ ਹੈ, ਵੀ ਮੈਂ ਇਹਨੂੰ ਦਾਨ ਦੇ ਦਾਂ। ਦੇਖੋ ਖਿਆਲ ਤਾਂ ਚੰਗਾ ਹੈ ਕਿਸੇ ਸੰਤ ਨੂੰ ਕੁਝ ਦੇਣਾ, ਭੇਟ ਕਰਨਾ। ਹੁਣ ਜਦ ਭੇਟ ਕਰਨ ਲੱਗਿਆ ਨਾ, ਉਹਨੇ ਸੋਨੇ ਦੀ ਮੋਹਰ ਜਿਹੜੀ ਹੈ ਤੇ ਇੱਕ ਹੀਰਾ ਸੋਨੇ ਦੀ ਮੋਹਰ, ਉਹ ਕਹਿਣ ਲੱਗਿਆ ਵੀ ਇਹ ਦੇ ਦਿੰਦਾ, ਨਾਲ ਸੋਚਿਆ ਵੀ ਆਹ ਹੀਰਾ ਵੀ ਦੇ ਦਿਆਂ। ਜਦੋਂ ਹੀਰਾ ਦੇਣ ਲੱਗਿਆ ਉਹਦੇ ਮਨ ਵਿੱਚ ਆ ਗਿਆ ਵੀ ਦੇਖ ਅੱਜ ਤੱਕ ਕਿਸੇ ਨੇ ਇਹਨੂੰ ਹੀਰਾ ਨਹੀਂ ਦਿੱਤਾ ਹੋਣਾ, ਮੈਂ ਇਹਨੂੰ ਹੀਰਾ ਦੇਣ ਲੱਗਾ। ਮਾਣ ਆ ਗਿਆ ਮਨ ਵਿੱਚ ਭਾਵ। ਹੁਣ ਜਿਹੜੇ ਸੰਤ ਜਨ ਹੁੰਦੇ ਹਨ, ਨਾ ਤਾਂ ਉਹ ਮਾਣ ਕਰਦੇ ਹਨ ਤੇ ਨਾ ਮਾਣ ਕਰਨ ਵਾਲੇ ਉਹਨਾਂ ਨੂੰ ਪਸੰਦ ਹੁੰਦੇ ਹਨ। ਸੰਤਾਂ ਨੂੰ ਮਾਣ ਕਰਨ ਵਾਲੇ ਨਹੀਂ ਪਾਉਂਦੇ, ਚੰਗੇ ਨਹੀਂ, ਨਾ ਰੱਬ ਨੂੰ ਚੰਗੇ ਲੱਗਦੇ। ਜਿਹੜਾ ਮਾਣ ਕਰਦਾ ਜਦੇ ਧਰਤੀ ਤੇ ਗਿਰਦਾ ਹੈ। ਇਸ ਕਰਕੇ ਮਾਣ ਨ ਕੀਜੈ ਸ਼ਰਨ ਪਰੀਜੈ, ਮਾਣ ਨ ਕੀਜੈ ਸ਼ਰਨ ਪਰੀਜੈ, ਮਾਣ ਨ ਸ਼ਰਨ ਪਰੀਜੈ, ਮਾਣ ਨ ਓ ਮਾਣ ਨ ਕੀਜੈ ਸ਼ਰਨ ਪਰੀਜੈ, ਮਾਣ ਨ ਕੀਜੈ ਸ਼ਰਨ ਪਰੀਜੈ, ਮਾਣ ਨ ਸ਼ਰਨ ਪਰੀਜੈ, ਮਾਣ ਨ ਕੀਜੈ। ਹੁਣ ਜਦੋਂ ਮਾਣ ਆਇਆ ਰਵਿਦਾਸ ਮਹਾਰਾਜ ਉਹਨਾਂ ਦੇ ਅੱਗੇ ਇੱਦਾਂ ਭੇਟ ਕਰੇ ਆਪਣੀ ਮੋਹਰ ਤੇ ਉਹ ਹੀਰਾ, ਇੱਕ ਮਹਾਂਪੁਰਖਾਂ ਨੇ ਫੜਿਆ ਨਹੀਂ, ਇਹਨੇ ਕਾਫੀ ਦੇਰ ਇੱਦਾਂ ਹੱਥ ਰੱਖਿਆ, ਕਿਉਂਕਿ ਹੁਣ ਸੋਨੇ ਦੀ ਮੋਹਰ ਧਰਤੀ ਤੇ ਭੁੰਜੇ ਬੈਠੇ ਆ ਉਹ।
ਇੱਕ ਬੋਰੀ ਵਿਛਾਈ ਆ ਥੱਲੇ, ਉਹਦੇ ਤੇ ਬੈਠੇ ਬਸ। ਹੁਣ ਇਹ ਕਹਿੰਦਾ ਵੀ ਮੈਂ ਧਰਤੀ ਤੇ ਰੱਖਦਾ ਸੋਨੇ ਦਾ ਸਿੱਕਾ। ਸੋਨੇ ਦੇ ਸਿੱਕੇ ਨੂੰ ਮੋਹਰ ਕਿਹਾ ਜਾਂਦਾ, ਜਿਹੜਾ ਸੋਨੇ ਦਾ ਸਿੱਕਾ ਹੁੰਦਾ ਉਹਨੂੰ ਮੋਹਰ ਕਹਿੰਦੇ। ਹੁਣ ਇਹ ਕਹਿੰਦਾ ਵੀ ਇਹ ਸੋਨਾ ਮੈਂ ਧਰਤੀ ਤੇ ਰੱਖਦਾ, ਇਹ ਚਾਹੁੰਦਾ ਵੀ ਹੱਥ ਨਾ ਫੜ ਲੈਣ, ਇੰਨਾ ਮਹਿੰਗਾ ਹੀਰਾ ਹੈ ਤੇ ਇੰਨਾ ਮਹਿੰਗਾ ਸੋਨੇ ਦਾ ਸਿੱਕਾ ਹੱਥ ਨਾਲ ਹੀ ਫੜ ਲੈਣ, ਤੇ ਮਹਾਂਪੁਰਖਾਂ ਫੜਿਆ ਹੀ ਕੋਈ ਨਹੀਂ ਉੱਥੋਂ, ਤੇ ਕਾਫੀ ਦੇਰ ਇੱਦਾਂ ਹੱਥ ਰਿਹਾ। ਮਹਾਂਪੁਰਖਾਂ ਪੁੱਛਿਆ ਹਾਂਜੀ, ਕਹਿੰਦਾ ਜੀ ਇਹ ਤੁਹਾਡੇ ਵਾਸਤੇ ਆ, ਮੈਂ ਤੁਹਾਨੂੰ ਹੀਰਾ ਭੇਟ ਕਰਦਾ ਤੇ ਨਾਲੇ ਮੋਹਰ ਭੇਟ ਕਰਦਾ। ਰਵਿਦਾਸ ਜੀ ਕਹਿੰਦੇ ਬਹੁਤ ਚੰਗੀ ਗੱਲ ਹੈ। ਕਹਿੰਦਾ ਜੀ ਲੋ, ਤੇ ਰਵਿਦਾਸ ਜੀ ਕਹਿੰਦੇ ਸਾਡੇ ਖਜ਼ਾਨੇ 'ਚ ਰੱਖ ਦਿਓ। ਉਹਦੇ ਅੰਦਰ ਮਨ 'ਚ ਮੁਸਕਰਾਇਆ ਵੀ ਖਜ਼ਾਨਾ, ਵੀ ਇਹਨਾਂ ਕੋਲ ਕਿਹੜਾ ਖਜ਼ਾਨਾ ਹੋਣਾ। ਕਹਿੰਦਾ ਜੀ ਕਿੱਥੇ ਖਜ਼ਾਨਾ? ਕਹਿੰਦਾ ਜਿਹੜੀ ਬੋਰੀ ਥੱਲੇ, ਜਿਹੜੀ ਬੋਰੀ ਤੇ ਅਸੀਂ ਬੈਠੇ ਹਾਂ ਇਹਦੇ ਹੀ ਥੱਲੇ ਰੱਖ ਦਿਓ ਬਸ। ਇਹ ਬੜੀ ਇਹਨੂੰ ਕਿੱਲਤ ਜੀ ਆਵੇ ਵੀ ਇਹਨੂੰ ਹੀਰੇ ਦਾ ਮੁੱਲ ਨਹੀਂ ਪਤਾ, ਇਹਨੂੰ ਸਿੱਕੇ ਦਾ ਮੁੱਲ ਨਹੀਂ ਪਤਾ, ਅੱਜ ਤੱਕ ਨਾ ਕਿਸੇ ਨੇ ਦਿੱਤਾ, ਮੈਂ ਹੀਰਾ ਦੇ ਰਿਹਾ ਤੇ ਮੋਹਰ ਦੇ ਰਿਹਾ, ਮੁੱਲੇ ਕੋਈ ਨਹੀਂ ਪਤਾ। ਚਲੋ ਹੁਣ ਆਲੇ ਦੁਆਲੇ ਲੋਕ ਬੈਠੇ ਸੀ, ਸੰਗਤ ਬੈਠੀ ਹੈ, ਸ਼ਰਮਸ਼ਾਰ ਜਾ ਹੁੰਦਾ, ਬੋਰੀ ਚੁੱਕ ਕੇ ਰੱਖਣ ਲੱਗਦਾ। ਜਦ ਬੋਰੀ ਚੁੱਕੀ ਸੰਗਤ ਜੀ, ਇਹ ਤੋਂ ਵੀ ਮਹਿੰਗੇ ਮਹਿੰਗੇ ਹੀਰੇ ਤੇ ਸੋਨੇ ਦੇ ਵੱਡੇ ਵੱਡੇ ਸਿੱਕੇ ਪਏ। ਆਖੋ ਸਤਨਾਮ, ਜਿਸ ਬੋਰੀ ਤੇ ਬੈਠੇ ਸਨ, ਕਿਉਂਕਿ ਸਾਧ ਸੰਗਤ 9 ਨਿਧੀਆਂ 18 ਸਿੱਧੀਆਂ, ਇਹ ਤਾਂ ਸਾਧੂ ਸੰਤ ਮਹਾਤਮਾ ਰੱਬ ਦੇ ਪਿਆਰਿਆਂ ਦੇ ਪਿੱਛੇ ਪਿੱਛੇ ਇਹ ਦੌੜਦੀਆਂ ਹਨ ਪਿੱਛੇ। ਹੁਣ ਜਦੋਂ ਥੱਲੇ ਰੱਖਿਆ, ਹੈਰਾਨ ਹੋ ਗਿਆ, ਆਪਣਾ ਸਿੱਕਾ ਛੋਟਾ ਹੀ ਲੱਗੇ ਤੇ ਉਹ ਤੋਂ ਵੀ ਵੱਡੇ ਮਹਿੰਗੇ ਮਹਿੰਗੇ ਹੀਰੇ ਪਏ, ਬੇਮਿਸਾਲ ਬੇਕੀਮਤੀ ਹੀਰੇ, ਸਾਰਾ ਮਾਣ ਜਾਂਦਾ ਰਿਹਾ। ਹੁਣ ਇਹਨੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਮਾਫ ਕਰ ਦਿਓ। ਕਹਿਣ ਲੱਗੇ ਫੜਨ ਨੂੰ ਅਸੀਂ ਵੀ ਫੜ ਕੇ ਰੱਖ ਸਕਦੇ ਸੀ, ਤੇਰਾ ਮਾਣ ਤੋੜਨਾ ਸੀ। ਸਤਸੰਗ, ਜਿਹੜਾ ਮਾਣ ਹੈ ਇਹ ਰੱਬ ਦੇ ਪਿਆਰਿਆਂ ਨੂੰ ਚੰਗਾ ਨਹੀਂ ਲੱਗਦਾ, ਔਰ ਜਿਹੜਾ ਮਾਣ ਹੈ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੰਦਾ। ਰੱਬ ਦੇ ਪਿਆਰੇ ਨਾਮ ਦਾ ਖਜ਼ਾਨਾ ਰੱਖਦੇ ਹਨ, ਉਹ ਦੁਨਿਆਵੀ ਖਜ਼ਾਨਿਆਂ ਦੀ ਲੋੜ ਨਹੀਂ, ਉਹ ਗਰੀਬੀ ਵਿੱਚ ਵੀ ਸਮਾਂ ਕੱਢ ਲੈਂਦੇ ਪਰ ਭਗਤੀ ਨਹੀਂ ਛੱਡਦੇ, ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਪਰ ਨਾਮ ਦਾ ਸਮਾਂ ਨਹੀਂ ਛੱਡਦੇ। ਨਾਮ ਜਪਦੇ ਹਨ, ਆਰਾਧਨਾ ਕਰਦੇ ਹਨ, ਭਜਨ ਕਰਦੇ ਹਨ ਵਾਹਿਗੁਰੂ ਅਕਾਲ ਪੁਰਖ ਦਾ। ਆਓ ਅੱਗੇ ਪੜ੍ਹੋ, ਮਹਾਰਾਜ ਨੇ ਬਚਨ ਬੜੇ ਪਿਆਰੇ ਕਹੇ ਨੇ। ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਏ। ਗਰੀਬੀ ਵੀ ਹੋਵੇ ਨਾ ਤਾਂ ਵੀ ਰੱਜੇ, ਮੰਗਦੇ ਨਹੀਂ ਕਿਸੇ ਤੋਂ, ਜੋ ਮਿਲ ਗਿਆ ਬਸ ਸ਼ੁਕਰ ਕਰਦੇ ਹਨ, ਹਾਏ ਹਾਏ ਨਹੀਂ ਕਰਦੇ, ਜਿਹੜਾ ਨਹੀਂ ਮਿਲਿਆ ਉਹਦੇ ਲਈ ਪਛਤਾਉਂਦੇ ਨਹੀਂ, ਤ੍ਰਿਪਤ ਅਗਾਏ ਰੱਜੇ ਹੋਏ ਹਨ। ਨਾਨਕ ਹਰ ਜੀਓ ਤਾਂ ਕਉ ਦੇਵੈ, ਜਾ ਕੋ ਹੁਕਮ ਮਨਾਏ।
ਇਹ ਭਗਤੀ ਦਾ ਖਜ਼ਾਨਾ ਉਹਨਾਂ ਨੂੰ ਮਿਲਦਾ ਜੀ ਜਿਨ੍ਹਾਂ ਨੂੰ ਹੁਕਮ ਮਨਾਉਂਦਾ ਆਪਣਾ, ਕਿ ਉਹਦੇ ਹੁਕਮ ਚ ਚੱਲਣਾ ਹੀ ਭਗਤੀ ਕਰਨਾ ਅਸਲੀਅਤ। ਜਦੋਂ ਉਹਨੇ ਮੁਕਤ ਕਰਨਾ ਉਦੋਂ ਮਿਲਾ ਲੈਣਾ, ਜਦੋਂ ਉਹਨੇ ਸਾਨੂੰ ਆਪਣੇ ਨਾਮ ਜਪਾਉਣਾ, ਉਹਦੇ ਕੋਲ ਬੜੇ ਸਾਧਨ ਆ। ਆਪਾਂ ਤਾਂ ਵਾਰ ਵਾਰ ਨਾਮ ਹੀ ਮੰਗਣਾ, ਕਦੇ ਵੀ ਅਰਦਾਸ ਕਰਨੀ ਇੱਕੋ ਗੱਲ ਕਹਿਣੀ ਆ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ। ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ। ਮੈਂ ਇਹੀ ਦਾਨ ਮੰਗਾ, ਮੈਂ ਇਹੀ ਦਾਨ ਮੰਗਾ, ਮੈਂ ਇਹੀ ਸੰਤਾਂ ਭਗਤਾਂ ਨੇ ਇੱਕੋ ਗੱਲ ਮੰਗੀ। ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹ ਲਓ, ਉਹ ਵੀ ਮੰਗਦੇ, ਖੈਰ ਦੀ ਜੈ ਬੰਦਗੀ, ਖੈਰ ਦੀ ਜੈ ਬੰਦਗੀ, ਖੈਰ। ਖੈਰ ਦੀ ਜੈ ਬੰਦਗੀ, ਖੈਰ ਦੀ ਜੈ ਬੰਦਗੀ, ਖੈਰ। ਖੈਰ ਦੀ ਜੈ ਬੰਦਗੀ, ਖੈਰ ਦੀ ਜੈ ਬੰਦਗੀ, ਖੈਰ ਦੀ ਜੈ। ਮਹਾਰਾਜ ਆਪਣੀ ਬੰਦਗੀ ਦੀ ਦਾਤ ਝੋਲੀ ਪਾ, ਕਿਉਂਕਿ ਜਿਹਦੇ ਕੋਲ ਬੰਦਗੀ ਹੈ ਉਹਦੇ ਕੋਲ ਪਰਮੇਸ਼ਰ ਆ, ਜਿਹਦੇ ਕੋਲ ਭਗਤੀ ਹੈ ਉਹਦੇ ਕੋਲ ਰੱਬ ਹੈ। ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਭਗਤੀ ਦਾ ਬੰਨਿਆ ਹੀ ਆਉਂਦਾ। ਬੜੇ ਨਾਮ ਪਰਮਾਤਮਾ ਦੇ, ਗੋਬਿੰਦ, ਗੋਪਾਲ, ਠਾਕੁਰ, ਕੇਸਵ, ਮਾਧਵ, ਸਤਨਾਮ, ਸੋਹੰ, ਨਿਰੰਕਾਰ, ਅਰੰਕਾਰ, ਜੋਤ, ਨਿਰੰਜਨ, ਕਿੰਨੇ ਹੀ ਨਾਮ ਹਨ ਉਸਦੇ। ਪਰ ਇਹਨਾਂ ਸਾਰੇ ਨਾਵਾਂ ਜੀ ਇੱਕ ਨਾਮ ਸੁਣੋਗੇ, ਭਗਤ ਵਸ਼ਲ। ਇਹਦਾ ਮਤਲਬ ਭਗਤੀ ਨੂੰ ਪਿਆਰ ਕਰਨ ਵਾਲਾ, ਜਿਹੜਾ ਉਹਦੀ ਭਗਤੀ ਕਰਦਾ ਉਹਨੂੰ ਪਿਆਰ ਪਿੱਠ ਨਹੀਂ ਲੱਗਣ ਦਿੰਦਾ, ਥੋੜ੍ਹੀ ਕਰ ਲਓ ਜ਼ਿਆਦਾ ਕਰ ਲਓ ਪਿਆਰ ਕਰਦਾ ਭਗਤੀ ਨੂੰ। ਔਰ ਜਿਹਨੇ ਅੱਜ ਤੱਕ ਭਗਤੀ ਕੀਤੀ ਆ ਉਹਦੀ ਪਿੱਠ ਨਹੀਂ ਲੱਗਣ ਦਿੱਤੀ। ਐਵੇਂ ਨਹੀਂ, ਉਹ ਤਾਂ ਆਪਣੇ ਬਾਣੀ ਦੀ ਵੀ ਲਾਜ ਰੱਖਦਾ। ਕਈ ਵਾਰ ਆਪਾਂ ਬਾਣਾ ਪਾ ਲੈਂਦੇ, ਨਹੀਂ ਭਗਤੀ ਕਰ ਹੁੰਦੀ, ਅਤੇ ਉਹ ਕਦੇ ਕਿਰਪਾ ਦੇ ਘਰ 'ਚ ਆ ਜਾਏ ਨਾ, ਉਹ ਬਾਣੀ ਦੀ ਵੀ ਲਾਜ ਰੱਖ ਲੈਂਦਾ ਵੀ ਭਗਤੀ ਵਾਲਾ ਬਾਣਾ ਪਾਇਆ। ਹਰ ਅਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਮਹਾਰਾਜ ਲੋਕ ਮੈਨੂੰ ਹੁਣ ਤੇਰਾ ਨਾਮ ਲੈ ਕੇ ਬੁਲਾਉਂਦੇ, ਮੈਨੂੰ ਤੇਰਾ ਦਾਸ ਕਹਿੰਦੇ ਹਨ, ਪਰ ਮੈਨੂੰ ਤੇਰੀ ਭਗਤੀ ਨਹੀਂ ਪਤਾ ਕਿਵੇਂ ਕਰੀਦੀ। ਪਰ ਮੈਨੂੰ ਪਤਾ ਤੂੰ ਲਾਜ ਰੱਖਦਾ। ਭਗਤੀ ਕਰਨ ਵਾਲੇ ਦੀ ਤਾਂ ਉਹ ਜਿੱਥੇ ਕਿੱਥੇ ਉੱਥੇ ਲਾਜ ਰੱਖਦਾ। ਦੇਖੋ ਕਿਵੇਂ ਹਰਨਾਕਸ਼ ਤੋਂ ਪ੍ਰਹਿਲਾਦ ਦੀ ਲਾਜ ਰੱਖੀ, ਦ੍ਰੋਪਦੀ ਨੇ ਜਦੋਂ ਯਾਦ ਕੀਤਾ ਲਾਜ ਰੱਖੀ। ਆਪਣੇ ਨੇੜੇ ਹੀ ਗੰਗਾ ਨਦੀ ਪੈਂਦੀ ਹੈ, ਇੱਥੋਂ ਇੱਕ ਹਾਥੀ ਨਿਕਲਿਆ ਕਰੇ ਗੰਗਾ ਵਿੱਚੋਂ, ਇਸ ਪਾਰ ਤੋਂ ਦੂਜੇ ਪਾਰ ਜਾਣਾ ਉਹਨੇ।
ਉਹਨੇ ਬੜਾ ਹੰਕਾਰ ਨਾਲ ਮਸਤ ਹੋ ਕੇ ਚੱਲਣਾ ਵਿੱਚ ਨੂੰ। ਇਹ ਨਦੀ ਦੇ ਕੰਢੇ ਤੇ ਸਾਧੂ ਸੰਤ ਆਮ ਬੈਠੇ ਹੀ ਰਹਿੰਦੇ। ਇੱਕ ਸੰਤ ਨੇ ਉਹਨੂੰ ਕਿਹਾ, ਕਿਵੇਂ ਮਸਤ ਕੇ ਚੱਲਦਾ, ਨਾਮ ਜਪਿਆ ਕਰ, ਔਖੇ ਸਮੇਂ ਕੰਮ ਆਉਂਦਾ। ਹਾਥੀ ਨੂੰ ਕਿਹਾ, ਕੀ ਕਿਹਾ? ਨਾਮ ਜਪਿਆ ਕਰ, ਔਖੇ ਸਮੇਂ ਕੰਮ ਆਉਂਦਾ। ਉਹ ਕਹਿੰਦਾ, ਮੈਨੂੰ ਔਖਾ ਸਮਾਂ ਕਿਹੜਾ ਆਉਣਾ, ਇੰਨਾ ਜ਼ੋਰ ਮੇਰੇ ਸਰੀਰ 'ਚ, ਆਖੋ ਸਤਨਾਮ, ਇੰਨਾ ਜ਼ੋਰ ਹੈ ਸਰੀਰ 'ਚ, ਮੈਂ ਤਾਂ ਧਰਤੀ ਦੇ ਉੱਤੇ ਆਪਣਾ ਜ਼ੋਰ ਦਿਖਾਦਾ, ਜੀਵ ਕੰਬ ਜਾਂਦੇ, ਪਾਣੀ ਦੀ ਕੀ ਗੱਲ ਆ। ਉਹ ਕਹਿੰਦੇ, ਤੂੰ ਨਦੀ ਪਾਰ ਕਰਨੀ ਹੁੰਦੀ ਆ, ਕਿਤੇ ਡੁੱਬ ਨਾ ਜਾਈ, ਨਾਮ ਜਪਿਆ ਕਰ, ਔਖੇ ਸਮੇਂ ਕੰਮ ਆਏਗਾ, ਤੇ ਤਰ ਜਾਏਗਾ। ਉਹ ਕਹਿਣ ਲੱਗੇ, ਮੈਂ ਕਿਵੇਂ ਡੁੱਬ ਜੂ? ਕਹਿੰਦੇ, ਬੇਅੰਤ ਜੀਵ ਜੰਤੂ ਆ ਪਾਣੀ ਵਿੱਚ, ਉਹ ਤੈਨੂੰ ਗ੍ਰਸ ਨਾ ਲੈਣ। ਉਹ ਕਹਿੰਦਾ, ਮੈਂ ਆਪਣੇ ਪੰਜੇ ਥੱਲੇ ਮਾਰ ਦਿਆਂ, ਪਾਣੀ ਦੇ ਜੀਵ ਮੇਰੇ ਸਾਹਮਣੇ ਕੀ ਨੇ? ਹਾਥੀ ਕਹਿੰਦਾ, ਪਾਣੀ ਦੇ ਜੀਵ ਮੇਰੇ ਸਾਹਮਣੇ ਕੀ ਹੈ? ਚਲੋ, ਹੁਣ ਸਾਧੂ ਦੀ ਜਿਹੜਾ ਨਹੀਂ ਮੰਨਦਾ, ਫਿਰ ਔਖਾ ਟਾਈਮ ਤਾਂ ਆਉਂਦਾ ਹੀ ਹੈ। ਹੁਣ ਜਦੋਂ ਪਾਣੀ ਵਿੱਚ ਚੱਲਣ ਲੱਗਿਆ, ਹੰਕਾਰ ਬਹੁਤ, ਪਰਮੇਸ਼ਰ ਨੇ ਕਹਿੰਦਾ ਮਾਣ ਤੋੜਨਾ। ਪਰਮੇਸ਼ਰ ਨੇ ਆਪ ਤੰਦੂਏ ਦਾ ਰੂਪ ਧਾਰਨ ਕੀਤਾ, ਗ੍ਰਾਹ ਦਾ ਰੂਪ ਧਾਰਨ ਕਰ ਲਿਆ। ਸੰਗਤ ਜੀ, ਹੁਣ ਪਾਣੀ ਦੇ ਵਿੱਚ ਇੱਦਾਂ ਆਪਣੀ ਚੁੰਝ ਖੋਲ ਕੇ ਬੈਠ ਗਿਆ। ਜਦੋਂ ਹਾਥੀ ਨੇ ਪੈਰ ਪਾਇਆ ਪਾਣੀ 'ਚ, ਇਹਦਾ ਥੱਲਿਓ ਪੈਰ ਪਕੜ ਲਿਆ, ਇਹ ਉੱਤੇ ਨੂੰ ਖਿੱਚੇ, ਇੰਨੀ ਜ਼ੋਰ ਨਾਲ ਪਕੜਿਆ ਪਰਮੇਸ਼ਰ ਨੇ, ਰੱਬ ਨੇ ਰੂਪ ਧਾਰਿਆ, ਗ੍ਰਾਹ ਦਾ ਰੂਪ ਧਾਰ ਲਿਆ ਜੀ। ਹੁਣ ਇਹ ਤੋਂ ਦਰਦ ਨਾ ਬਰਦਾਸ਼ਤ ਹੋ, ਇਹ ਬਾਹਰ ਨੂੰ ਪੰਜਾ ਖਿੱਚੇ, ਉਹ ਅੰਦਰ ਨੂੰ ਖਿੱਚੇ, ਖਿੱਚ ਕੇ ਪਾਣੀ ਦੇ ਵਿਚਕਾਰ ਲਿਆਂਦਾ, ਡਬੋਣ ਲੱਗੇ। ਹੁਣ ਸੁੰਡ ਬਾਹਰ ਚੱਕ ਕੇ ਸਾਹ ਲੈਂਦਾ, ਪਰ ਕਿੱਥੇ ਗੱਲ ਬਣਦੀ, ਚੀਕਾਂ ਵੱਜ ਗਈਆਂ, ਕੂਕਾਂ ਵੱਜ ਗਈਆਂ। ਹੁਣ ਮਾਰਦਾ ਆਵਾਜ਼ਾਂ, ਕੋਈ ਮਦਦ ਕਰੇ, ਕੌਣ ਮਦਦ ਕਰਦਾ ਨਾਮ ਤੋਂ ਬਿਨਾਂ? ਇਹਨੂੰ ਗੱਲ ਯਾਦ ਆ ਗਈ ਵੀ ਸੰਤਾਂ ਨੇ ਕਿਹਾ ਸੀ ਕਿ ਨਾਮ ਜਪ ਔਖੇ ਸਮੇਂ ਕੰਮ ਆਉਂਦਾ। ਇਹਨੇ ਹੁਣ ਆਵਾਜ਼ ਮਾਰੀ ਪਰਮੇਸ਼ਰ ਨੂੰ, ਅਕਾਲ ਪੁਰਖ ਮੈਨੂੰ ਬਚਾ। ਜਦੋਂ ਅਖੀਰ ਵਕਤ ਇਹਨੇ ਇੱਦਾਂ ਯਾਦ ਕੀਤਾ ਨਾ ਦਿਲ ਤੋਂ, ਉਸੇ ਵਕਤ ਪਰਮਾਤਮਾ ਨੇ ਦੇਖਿਆ ਵੀ ਹੁਣ ਇਹਦਾ ਮਾਨ ਟੁੱਟ ਗਿਆ। ਉਦੋਂ ਹੀ ਗ੍ਰਾਹ ਰੂਪ ਹੋਏ, ਪਰਮੇਸ਼ਰ ਨੇ ਇਹਨੂੰ ਛੱਡ ਦਿੱਤਾ। ਤੁਸੀਂ ਬਾਣੀ ਵਿੱਚ ਪੜ੍ਹਦੇ ਨਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਹੈ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਜਿਵੇਂ ਔਖੇ ਟਾਈਮ 'ਚ ਤੁਸੀਂ ਗਜ ਹਾਥੀ ਦੀ ਮਦਦ ਕੀਤੀ, ਮਹਾਰਾਜ ਸਾਡੀ ਵੀ ਉੱਦਾਂ ਹੀ ਮਦਦ ਕਰੋ। ਕਿਉਂਕਿ ਜਿਹੜਾ ਭਗਤੀ ਕਰਦਾ ਨਾ, ਉਹਦੀ ਰੱਖਦਾ ਜ਼ਰੂਰ ਹੈ। ਜਿਹੜਾ ਇੱਕ ਵਾਰ ਪੁਕਾਰ ਲਵੇ, ਭਾਵੇਂ ਜਿੰਨਾ ਮਰਜ਼ੀ ਕੋਈ ਪਾਪੀ ਹੋਵੇ, ਹੰਕਾਰੀ ਹੋਵੇ, ਜਿਹਨੇ ਇੱਕ ਵਾਰ ਪੁਕਾਰਿਆ ਉਹਨੂੰ ਇੱਕ ਵਾਰ ਨਹੀਂ ਬੇਅੰਤ ਵਾਰੀ ਉਹਨੇ ਰੱਖਿਆ। ਮਹਾਰਾਜ ਕਹਿੰਦੇ ਗੱਜ ਗ੍ਰਾਹ ਤੇ ਛੂਟਾ। ਜਦੋਂ ਓਟ ਨਾਰਾਇਣ ਦੀ ਲੈ ਲਈ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਗੱਜ ਗ੍ਰਾਹ ਤੇ ਛੂਟਾ। ਜਦੋਂ ਅਕਾਲ ਪੁਰਖ ਪਰਮੇਸ਼ਰ ਪਰਿਪੂਰਨ ਦੀ ਓਟ ਲੈ ਲਈ, ਉਹ ਗੱਜ ਹਾਥੀ ਗ੍ਰਾਹ ਤੋਂ ਛੁੱਟ ਗਿਆ, ਜਿਹੜਾ ਮਾਣ ਚ ਮਸਤਿਆ ਹੋਇਆ ਸੀ।
ਇਸ ਕਰਕੇ ਭਾਈ ਤੂੰ ਵੀ ਨਾਮ ਜਪ, ਤੂੰ ਵੀ ਛੁੱਟ ਜਾਏਗਾ। ਸੰਗਤ ਜੀ, ਇਹ ਜਿਹੜੀ ਮੈਂ ਘਟਨਾ ਸੁਣਾਈ ਆ, ਇੱਥੋਂ ਨੇੜੇ ਹੀ ਹਾਜੀਪੁਰ ਪੈਂਦਾ ਪਿੰਡ, ਇਹ ਉੱਥੇ ਦੀ ਹੈ। ਉੱਥੇ ਉਹ ਮੰਦਿਰ ਵੀ ਬਣਿਆ ਆ, ਗ੍ਰਹਿ ਮੰਦਿਰ ਬਣਿਆ। ਇੱਥੇ ਅਵਤਾਰ ਰੂਪ ਪਰਮਾਤਮਾ ਨੇ ਇੱਕ ਕਲਾ ਦਿਖਾਈ ਹੈ, ਔਰ ਇਸੇ ਜਗ੍ਹਾ ਹਾਜੀਪੁਰ ਨਾਮ ਦਾ ਜਿਹੜਾ ਇਹ ਨਗਰ ਹੈ, ਇੱਥੇ ਦੀ ਇਹ ਘਟਨਾ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਰਾਜ ਸਾਹਿਬ ਨੇ ਕੀਤਾ ਹੋਇਆ। ਭਾਈ, ਆਪਾਂ ਜਪਾਂਗੇ, ਦ੍ਰੋਪਦੀ ਦੀ ਲੱਜਿਆ ਰੱਖੀ, ਪ੍ਰਹਿਲਾਦ ਨੂੰ ਉਬਾਰਿਆ, ਨਾਮਦੇਵ ਦੀ ਛੰਨ ਬਣਾਈ, ਮਰੀ ਹੋਈ ਗਊ ਜੂਦੀ ਕੀਤੀ, ਧੰਨੇ ਦੇ ਹੱਟ ਫੇਰੇ, ਖਾਲਾਂ ਸਵਾਰੀਆਂ, ਇਹ ਸਭ ਨਾਮ ਕਰਕੇ ਕੀਤਾ। ਇਸ ਕਰਕੇ ਭਗਤਾਂ ਤਾਂ ਦੱਸਿਆ ਵੀ ਸਾਨੂੰ ਵੀ ਭਾਈ ਤੁਸੀਂ ਜਪ ਕੇ ਦੇਖੋ, ਜਿਹੜੇ ਨਾਮ ਜਪਦੇ ਉਹਨਾਂ ਦੇ ਸਾਰੇ ਕੰਮ ਕਰਦਾ ਉਹ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿੰਨਕੇ ਕਾਜ ਉਹਨਾਂ ਦੇ ਕੰਮ ਸਵਾਰ। ਜਪ ਕੇ ਦੇਖੋ, ਸਿਮਰ ਕੇ ਦੇਖੋ, ਰੱਖਦਾ ਜੀ। ਔਰ ਇਹ ਅੱਜ ਤੋਂ ਨਹੀਂ ਰੱਖਦਾ ਆ, ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਰੱਖਦਾ। ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਰੱਖਦਾ ਆਇਆ, ਧੁਰ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਣਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛੜਾਇਆ। ਇਹ ਧੁਰ ਤੋਂ ਰੱਖਦਾ ਆਇਆ, ਇਹ ਬਾਣ ਧੁਰਾਂਦੀ, ਧੁਰ ਦੀ ਬਾਣ ਹੈ ਇਹ। ਇਸ ਕਰਕੇ ਆਪਣ ਕਮੀ ਤਾਂ ਆਪਣੇ ਚ, ਭਗਤ ਵਸ਼ਲ ਭਗਤੀ ਨੂੰ ਪਿਆਰ ਕਰਦਾ। ਜਦੋਂ ਸ਼੍ਰੀ ਹਰਨਾਕਸ਼ ਰੂਪ ਪਰਮੇਸ਼ਰ ਅਕਾਲ ਪੁਰਖ ਨੇ ਨਰਸਿੰਘ ਰੂਪ ਧਾਰਨ ਕੀਤਾ ਹਰਨਾਕਸ਼ ਨੂੰ ਮਾਰਨ ਲਈ, ਉਦੋਂ ਵਿਕਰਾਲ ਸਰੂਪ ਸੀ, ਇੰਦਰ ਵਰਗੇ, ਬ੍ਰਹਮਾ ਵਰਗੇ, ਮਹਾਦੇਵ ਵਰਗੇ ਵੱਡੇ ਵੱਡੇ ਦੇਵ ਜਿਨ੍ਹਾਂ ਦੀ ਪੂਜਾ ਕਰਦੇ, ਭੈ ਪੀਤ ਹੋ ਗਏ ਸਭ, ਇਹ ਸਭ ਭੈ ਪੀਤ ਹੋ ਗਏ ਸਨ, ਇਹ ਨੇੜੇ ਨਹੀਂ ਸੀ ਜਾ ਰਹੇ। ਇੰਨਾ ਡਰ ਭੈ ਆ ਗਿਆ ਤੇ ਇਹਨਾਂ ਦੇ ਮਨ ਵਿੱਚ, ਨੇੜੇ ਨਹੀਂ ਸੀ ਜਾਂਦੇ, ਕਿਉਂਕਿ ਰੂਪ ਏਦਾਂ ਦਾ ਸੀ, ਅੱਧਾ ਸ਼ੇਰ ਦਾ ਅੱਧਾ ਮਨੁੱਖ ਦਾ। ਜਦ ਹਰਨਾਕਸ਼ ਨੂੰ ਆਪਣੇ ਨਹੁੰਆਂ ਨਾਲ ਪਾੜਿਆ, ਉਦੋਂ ਰੁਦਰ ਰੂਪ ਸੀ ਪਰਮੇਸ਼ਰ ਦਾ, ਸਾਰੇ ਕੰਮ ਦੇ ਸੀ। ਲੱਛਮੀ ਮਾਤਾ ਵੀ ਕੰਬੇ, ਜਿਹੜੀ ਪੈਰ ਦਬਾਉਂਦੀ ਬਹਿ ਕੇ। ਫਿਰ ਹੁਣ ਭਗਤ ਪ੍ਰਹਿਲਾਦ ਨੂੰ ਕਿਹਾ ਵੀ ਤੂੰ ਨੇੜੇ ਹੋ, ਇਹ ਆਪਣੇ ਭਗਤਾਂ ਤੇ ਰੁਸ਼ਟ ਨਹੀਂ ਹੁੰਦੇ ਕਦੇ। ਭਗਤ ਪ੍ਰਹਿਲਾਦ ਵੀ ਡਰੇ, ਰੂਪ ਏਦਾਂ ਦਾ ਹੀ ਸੀ ਸੰਗਤ ਜੀ, ਔਰ ਰੂਪ ਵਿਕਰਾਲ। ਜਦ ਵਿਕਰਾਲ ਰੂਪ ਤੱਕਿਆ, ਦੇਖਿਆ ਸਾਧ ਸੰਗਤ, ਭਗਤ ਪ੍ਰਹਿਲਾਦ ਜਦ ਕੋਲ ਹੋਏ,
ਭਗਤੀ ਦੀ ਲਾਜ ਰੱਖੀ, ਆਪਣੇ ਗੁੱਸੇ ਨੂੰ ਠੰਡਾ ਕੀਤਾ, ਸ਼ਾਂਤ ਹੋ ਗਏ, ਕ੍ਰੋਧ ਵਸ ਹੋਏ ਸ਼ਾਂਤ। ਕਈਆਂ ਤੇ ਪਰਮਾਤਮਾ ਤੇ ਗੁਰੂ ਰੁੱਠ ਜਾਂਦਾ। ਆਪਾਂ ਇਸੇ ਲਈ ਗਿਆਨੀ ਸਿੰਘਾਂ ਤੋਂ ਅਰਦਾਸ ਕਰਾਉਂਦੇ ਵੀ ਚੱਲ ਕਿਸੇ ਗੁਰੂ ਦੇ ਪਿਆਰੇ ਤੋਂ ਅਰਦਾਸ ਕਰਾ ਲਈਏ, ਸਾਡੀ ਤਾਂ ਮਹਾਰਾਜ ਸੁਣਦੇ ਹੀ ਨਹੀਂ। ਇਹ ਸਾਡਾ ਵਿਧਾਨ ਹੈ ਵੀ ਸਾਡੀ ਤਾਂ ਸੁਣਦੇ ਨਹੀਂ ਹੈ, ਪਤਾ ਨਹੀਂ ਕਿਹੜੇ ਪਾਪ ਸਾਡੇ ਤੋਂ ਹੋ ਗਏ। ਤੇ ਮਹਾਰਾਜ ਦੇ ਜਿਹੜੇ ਪਿਆਰੇ ਆਪਾਂ ਚੱਲ ਉਹਨਾਂ ਤੋਂ ਜੋ ਨਾਮ ਜਪਦੇ ਸਾਧੂ ਸੰਤ, ਕਿਉਂਕਿ ਉਹ ਭਗਤਾਂ ਦੀ ਸੁਣਦਾ, ਭਗਤਾਂ ਦੀ ਰੱਖਦਾ, ਔਰ ਅੱਜ ਤੋਂ ਨਹੀਂ ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਰੱਖਦਾ। ਧੁਰ ਤੋਂ ਰੱਖਦਾ ਤਾਂ ਹੀ ਸਾਧੂ ਸੰਤਾਂ ਮਹਾਂਪੁਰਖਾਂ ਤੋਂ ਅਰਦਾਸ ਵੀ ਚੱਲ ਉਹਨਾਂ ਦੀ ਸੁਣ ਲੈ ਮਹਾਰਾਜ। ਔਰ ਸੱਚੀ ਗੱਲ ਹੈ, ਭਗਤਾਂ ਨੂੰ ਖਾਲੀ ਨਹੀਂ ਭੇਜਦਾ। ਜੇ ਕੋਈ ਭਗਤ ਸਿਫਾਰਸ਼ ਕਰ ਦੇਵੇ, ਰਾਜੇ ਜਨਕ ਨੇ ਕੀਤੀ ਉਹ ਹੈ ਸਿਫਾਰਸ਼, ਨਰਕਾਂ ਦੇ ਨਰਕ ਖਾਲੀ ਕਰਵਾ ਲਏ। ਜਦ ਦੇਵਪੁਰੀ ਨੂੰ ਚੱਲੇ ਨਰਕ ਆਇਆ ਤੇ ਦੇਖਿਆ ਜੀਵ ਚੀਕਾਂ ਮਾਰਦੇ ਸੀ, ਲੰਘ ਨਹੀਂ ਹੋਇਆ, ਦਇਆ ਆ ਗਈ ਇਹਨਾਂ ਨੂੰ ਛਡਾਉਣਾ। ਧਰਮ ਰਾਜਾ ਭੱਜਿਆ ਆਇਆ, ਕਹਿਣ ਲੱਗਿਆ ਮਹਾਰਾਜ ਤੁਸੀਂ ਇੱਥੇ ਆਏ? ਕਹਿੰਦੇ ਇਹਨਾਂ ਨੂੰ ਛੱਡਦੇ ਕੌਣ ਨੇ, ਇਹ ਪਾਪ ਕਰਦੇ, ਉਹ ਲੋਕ ਨੇ ਬੰਨੇ ਨੇ ਇੱਥੇ, ਸਜ਼ਾ ਦੇ ਰਿਹਾ। ਕਿਹਦੇ ਹੁਕਮ ਨਾਲ? ਪਰਮਾਤਮਾ ਦੇ ਨਾਲ। ਤੇ ਇਹਨਾਂ ਨੂੰ ਛੱਡਦੇ ਤੂੰ? ਕਹਿੰਦਾ ਮੈਂ ਨਹੀਂ ਛੱਡ ਸਕਦਾ ਜੀ, ਮੇਰੀ ਗੱਲ ਹੈ ਇੰਨੀ ਵੀ ਮੈਂ ਔਖਾ ਇਹਨਾਂ ਨੂੰ ਛੱਡਣਾ, ਔਖਾ ਇਸ ਕਰਕੇ ਹੈ ਵੀ ਮੇਰੀ ਡਿਊਟੀ ਲਾਈ ਹੋਈ ਹੈ। ਫਿਰ ਛੁੱਟਣਗੇ ਕਿਵੇਂ? ਕਹਿੰਦੇ ਭਾਈ ਛੁੱਟਦਾ ਤਾਂ ਸਕਦੇ ਸੀ ਜੇ ਇਹ ਨਾਮ ਜਾਪ ਭਜਨ ਕਰਦੇ, ਹੁਣ ਇਹ ਭਜਨ ਹੀ ਨਹੀਂ ਕੀਤਾ ਕਾਲ ਪੁਰਖ ਦਾ ਇਹਨਾਂ ਨੇ, ਫਿਰ ਕੋਈ ਹੋਰ ਰਸਤਾ ਹੈ? ਕਹਿੰਦੇ ਹਾਂ ਹੈ ਜੀ, ਕਰਾ ਵੀ ਜੇ ਕੋਈ ਇਹਨਾਂ ਦੀ ਅਰਦਾਸ ਕਰ ਦੇਵੇ, ਇਹਨਾਂ ਲਈ ਨਾਮ ਦੇ ਦੇਵੇ ਇੱਕ ਪਲੜੇ ਵਿੱਚ, ਉਹਨਾਂ ਦੇ ਪਲੜੇ ਵਿੱਚ ਇੱਕ ਨਾਮ ਦਾ ਸ਼ਬਦ ਪਾ ਦੇਵੇ, ਦੂਜੇ ਪਾਸੇ ਜਿੰਨੇ ਤੋਲ 'ਚ ਚੜ੍ਹਨਗੇ ਮੈਂ ਛੱਡ ਦਾਂਗਾ। ਉਹਨੇ ਅਰਦਾਸ ਕਰਕੇ ਇੱਕ ਵਾਰੇ ਪਰਮੇਸ਼ਰ ਦਾ ਨਾਮ ਬੋਲਿਆ, ਨਰਕਾਂ ਦੇ ਨਰਕ ਖਾਲੀ ਹੋ ਗਏ। ਆਖੋ ਸਤਨਾਮ, ਇੰਨੀ ਸ਼ਕਤੀ ਹੈ, ਨਾਮ ਜਪਣ ਵਾਲਾ ਆਪ ਵੀ ਛੁੱਟਦਾ ਹੈ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਛੁਡਾ ਲੈਂਦਾ। ਆਓ ਪੜ੍ਹ ਕੇ ਸਮਾਪਤੀ ਕਰੀਏ। ਜਪ ਗੋਬਿੰਦ, ਜਪ ਗੋਬਿੰਦ, ਜਪ ਗੋਬਿੰਦ, ਜਪ ਗੋ ਸੰਗੀ ਸਭ ਤਾਰੇ, ਸੰਗੀ ਸਭ ਤਾਰੇ, ਸੰਗੀ ਸੰਗੀ ਸਭ। ਭਾਈ ਤੂੰ ਨਾਮ ਜਪ ਆਪ ਵੀ ਤਰੇਗਾ ਤੇ ਨਾਲ ਦਿਆਂ ਨੂੰ ਵੀ ਤਾਰ ਲੈ। ਨਾਮ ਜਪਣ ਵਾਲਾ ਇੱਕੀ ਕੁੱਲਾਂ ਤਰਦੀਆਂ, ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਤੇ ਸੱਤ ਮਿੱਤਰ ਦੋਸਤ ਜਿਨ੍ਹਾਂ ਨਾਲ ਰੋਜ਼ ਉੱਠਦਾ ਬਹਿੰਦਾ ਉਹਨਾਂ ਦੀਆਂ, ਭਾਵ ਭਾਵੇਂ ਉਹਦੇ ਚੇਲੇ ਹੋਣ, ਉਹਦੇ ਕੋਲ ਸਿੱਖਦੇ ਹੋਣ, ਉਹਦੇ ਨਾਲ ਜਿਹੜੇ ਰਹਿੰਦੇ ਨਾਮ ਜਪਣ ਵਾਲੇ ਦੇ। ਇੱਕੀ ਕੁੱਲਾਂ ਦਾ ਆਧਾਰ ਹੁੰਦਾ ਨਾਮ ਜਪਣ ਭਜਨ ਕਰਨ ਵਾਲੇ ਦਾ, ਕਿਉਂਕਿ ਪਰਮੇਸ਼ਰ ਨੇ ਪ੍ਰਹਲਾਦ ਦੀਆਂ ਵੀ ਇੱਕੀ ਕੁੱਲਾਂ ਤਾਰੀਆਂ ਤੇ ਤੁਸੀਂ ਜਪੋਗੇ ਤੁਹਾਡਾ ਵੀ ਆਧਾਰ। ਲੋ ਮੈਂ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ,
ਵੀ ਨਾਮ ਬੜਾ ਕੀਮਤੀ ਹੈ, ਛੱਡਣ ਵਾਲਾ ਨਹੀਂ ਆ। ਦੁਨੀਆਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਸਾਹਮਣੇ ਨਾਮ ਬੇਮਿਸਾਲ ਕੀਮਤੀ ਕਹਿ ਲਓ, ਬਸ ਇਸ ਤੋਂ ਵੱਧ ਹੋਰ ਕੋਈ ਨਹੀਂ। ਨਾਮ ਜਪੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਹੋਏ। ਭਜਨ ਕਰੋ ਜਿੰਨਾ ਹੁੰਦਾ, ਬਚਨਾ ਕਰਕੇ, ਮਨ ਕਰਕੇ, ਕਰਮਾਂ ਕਰਕੇ ਕਰੋ। ਸਤਿਗੁਰੂ ਦਇਆ ਕਰੇ, ਹੋਈਆਂ ਤਮਾਮ ਭੁੱਲਾਂ ਬਖਸ਼ਣੀਆਂ। ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ, ਲੰਬਾ ਸਮਾਂ ਤੁਸੀਂ ਸੁਣਿਆ ਬਹਿ ਕੇ। ਇਹਨਾਂ ਸਥਾਨਾਂ ਦੀਆਂ ਸੇਵਾਵਾਂ ਸ਼੍ਰੀ ਮਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਾ ਰਹੇ ਹਨ। ਤੋ ਤੁਸੀਂ ਪਹੁੰਚੇ ਹੋ ਭਾਈ, ਆਪਣੀ ਕਿਰਤ ਕਮਾਈ ਦਸਵਾਂ ਹਿੱਸਾ, ਜੋ ਤੁਹਾਡਾ ਦਸਵਾਂ ਹਿੱਸਾ ਬਣਦਾ ਜ਼ਰੂਰ ਜਮ੍ਹਾਂ ਕਰਾਓ, ਸੇਵਾ ਵਿੱਚ ਲਾਓ। ਕੋਈ ਸਾਡੇ ਪੈਸੇ ਦੀ ਵੀ ਕੋਈ ਇੱਟ ਲੱਗ ਜੇ, ਕੋਈ ਇੱਕ ਅੱਧੀ ਬੋਰੀ ਸਮਿੰਟ ਦੀ ਸਾਡੇ ਪੈਸੇ ਦੀ ਵੀ ਲੱਗ ਜੇ, ਕੋਈ ਜੇ ਸਮਿੰਟ ਦੀ ਸੇਵਾ, ਸਰੀਏ ਰੇਤੇ ਦੀ ਸੇਵਾ, ਜੋ ਵੀ ਇੱਟਾਂ ਦੀ ਸੇਵਾ, ਹੁਣ ਨਵੀਂ ਬਿਲਡਿੰਗ ਬਣੀ ਆ ਇਹਦੇ ਵਿੱਚ ਪੱਖਿਆਂ ਦੀ ਸੇਵਾ ਹੋਣੀ ਸੰਗਤ ਜੀ, ਕੋਈ ਕਦੇ ਕਮਰੇ 'ਚ ਪੱਖਿਆਂ ਦੀ ਸੇਵਾ ਆਪਣੀ ਲੈ ਲਓ, ਅੱਜ ਨਹੀਂ ਮਹੀਨੇ ਨੂੰ, ਦੋ ਮਹੀਨੇ ਨੂੰ, ਜਦੋਂ ਤੁਹਾਡਾ ਹੱਥ ਸੌਖਾ ਹੋਏ ਨੰਬਰ ਲੈ ਜਾਓ ਇੱਥੇ ਅਕਾਊਂਟ, ਤੁਸੀਂ ਉੱਥੇ ਜਾ ਕੇ ਜ਼ਰੂਰ ਸੇਵਾ ਕਰੋ ਪ੍ਰੇਰ ਕੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਬਣ ਰਿਹਾ, ਮਹਾਰਾਜ ਦਾ ਘਰ ਹੈ, ਪਟਨਾ ਗੁਰੂ ਦਾ ਘਰ ਹੈ, ਅਤੇ ਮਹਾਰਾਜ ਦੇ ਘਰ ਦਰ ਦੀ ਤੁਸੀਂ ਸੇਵਾ ਕਰਨੀ। ਮਹਾਂਪੁਰਖਾਂ ਨੇ ਸੇਵਾ ਦੇ ਕੁੰਭ ਲਾਏ ਆ, ਗੱਜ ਵੱਜ ਕੇ ਸੇਵਾ ਕਰਨੀ ਆ। ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜੋ ਇੱਥੇ ਮੌਜੂਦਾ ਮੁਖੀ ਸੇਵਾ ਕਰਾ ਰਹੇ ਹਨ, ਉਹਨਾਂ ਨੂੰ ਜ਼ਰੂਰ ਮਿਲੋ, ਆਪਣੀ ਸੇਵਾ ਦਿਓ। ਗੁਰੂ ਸਾਹਿਬ ਦੀਆਂ ਖੁਸ਼ੀਆਂ ਅਸੀਸਾਂ ਪ੍ਰਾਪਤ ਕਰਨੀਆਂ, ਤੁਹਾਡੀ ਤਖਤ ਪਟਨਾ ਸਾਹਿਬ ਦੀ ਯਾਤਰਾ ਸਫਲ ਹੋਵੇ, ਇਸੇ ਅਰਦਾਸ ਨਾਲ ਸਮਾਪਤੀ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ, ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।